ਕੋਈ ਵੀ ਇਨਸਾਨ ਇੱਥੇ ਆ ਹੀ ਨਹੀਂ ਸਕਦਾ। ਨਸ਼ਾ ਐਡੀ ਸੌਖੀ ਚੀਜ਼ ਨਹੀਂ ਹੈ ਕਿ ਉਹ ਤੁਹਾਨੂੰ ਇੱਥੋਂ ਤੱਕ ਪਹੁੰਚਣ ਦੇਵੇ ਅਨਲੈਸ ਅੰਟਿਲ ਕਿ ਤੁਹਾਡਾ ਸਰੀਰ ਉਹਨੂੰ ਪਹੁੰਚਾਉਣਾ ਬੰਦ ਨਾ ਕਰ। ਹੁਣ ਤੁਸੀਂ ਦੇਖੋ ਕਿ ਇਸ ਤੋਂ ਅੱਗੇ ਚੱਲਾਂਗੇ ਆਪਾਂ, ਫਿਰ ਆਪਾਂ ਸਟੈਪ ਬਾਈ ਚੱਲਾਂਗੇ ਐਂਡ ਆਪਾਂ ਬਿਲਕੁਲ ਸਾਇੰਟਿਫਿਕ ਚੱਲਾਂਗੇ। ਜਿੱਥੇ ਤੁਹਾਨੂੰ ਲੱਗੇਗਾ ਨਾ ਕੋਈ ਡਾਊਟ ਹੈ, ਤੁਸੀਂ ਉੱਥੇ ਹੀ ਮੈਨੂੰ ਰੋਕ ਕੇ ਕਹਿਣਾ ਕਿ ਆਪਾਂ ਇੱਥੇ ਨਹੀਂ ਗੱਲ ਸਮਝ ਆਈ। ਅੱਛਾ, ਇੱਕ ਇਨਸਾਨ ਹੈ ਉਹ ਆਪਣੀ ਜ਼ਿੰਦਗੀ ਜੀ ਰਿਹਾ, ਪਰ ਉਹਦੇ ਵਿੱਚ ਉਹਨੂੰ ਜਿਹੜੀ ਖੁਸ਼ੀ ਮਿਲ ਰਹੀ ਹੈ ਨਾ, ਉਹ ਨੋਰਮਲ ਜੀ ਖੁਸ਼ੀ ਹੈ। ਨੋਰਮਲ ਜੀ ਖੁਸ਼ੀ ਮਤਲਬ ਜਿੰਨੀ ਸਾਨੂੰ ਸਾਰਿਆਂ ਨੂੰ ਮਿਲਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ, ਸਾਇੰਸ ਕਹਿੰਦੀ ਹੈ ਕਿ ਵੱਧ ਤੋਂ ਵੱਧ ਇੱਕ ਇਨਸਾਨ 24 ਘੰਟੇ ਦੇ ਵਿੱਚ ਸਿਰਫ ਵੱਧ ਤੋਂ ਵੱਧ 1 ਘੰਟਾ ਖੁਸ਼ ਰਹਿ ਸਕਦਾ। 24 ਘੰਟੇ ਦੇ ਵਿੱਚ ਇੱਕ ਨੋਰਮਲ ਇਨਸਾਨ ਵੱਧ ਤੋਂ ਵੱਧ 1 ਘੰਟਾ ਖੁਸ਼ ਰਹਿ ਸਕਦਾ ਹੈ, ਉਹ ਵੀ ਜਿਹੜਾ 10 ਮਿੰਟ ਸਵੇਰੇ, 15 ਮਿੰਟ ਸ਼ਾਮੀ, 17 ਮਿੰਟ ਰਾਤੀ, 14 ਮਿੰਟ ਇੱਥੇ। ਐਂਡ ਉਹ ਜਿਹੜੀ ਖੁਸ਼ੀ ਆਉਂਦੀ ਹੈ ਨਾ, ਉਹ ਖੁਸ਼ੀ ਕੋਈ ਇਸ ਤਰ੍ਹਾਂ ਦੀ ਪਕੜ ਕੇ ਨਹੀਂ ਹੁੰਦੀ ਜਿਹਨੂੰ ਤੁਸੀਂ ਫੜ ਸਕੋ ਕਿ ਇਹ ਖੁਸ਼ੀ ਹੈ। ਖੁਸ਼ੀ ਇੱਕ ਟਵਿੰਕਲ ਸਟਾਰ ਵਰਗੀ ਹੈ, ਆਉਂਦੀ ਹੈ ਜਾਂਦੀ, ਆਉਂਦੀ ਜਾਂਦੀ ਹੈ। ਜਿਸ ਤਰ੍ਹਾਂ ਹੁੰਦੇ ਸੀ ਨਾ ਜੁਗਨੂੰ ਹੁੰਦੇ ਸੀ, ਛੋਟੇ ਹੁੰਦੇ ਆਪਾਂ ਜਾਂਦੇ ਸੀਗੇ, ਉਹ ਪੁੱਜਦੇ ਜਗਦੇ ਸੀ, ਪੁੱਜਦੇ ਜਗਦੇ, ਪੁੱਜਦੇ ਜਗਦੇ, ਤੇ ਸਾਨੂੰ ਬੜੇ ਚੰਗੇ ਲੱਗਦੇ ਸੀ। ਅਸੀਂ ਕਈ ਵਾਰੀ ਉਹ ਫਿਰ ਉਹਨਾਂ ਦੇ ਮਗਰ ਹੁਣ ਤੇ ਅੱਜ ਕੱਲ੍ਹ ਮੈਨੂੰ ਲੱਗਦਾ ਲੱਭਦੇ ਨਹੀਂ ਹੈ, ਹਜੇ ਨਹੀਂ ਨਜ਼ਰ ਆਉਂਦੇ। ਜਿੱਥੇ ਬੰਦਾ ਅਜੇ ਨੇ ਜੀ, ਉੱਥੇ ਉਹ ਨਹੀਂ ਆਉਂਦੇ। ਜਿੰਨੀਆਂ ਦਿਮਾਗ, ਜਿੰਨੀਆਂ ਸੋਹਣੀਆਂ ਦੁਨੀਆਂ 'ਚ ਚੀਜ਼ਾਂ ਹੈ ਨਾ, ਜਿੱਥੇ ਬੰਦਾ ਆ ਜਾਂਦਾ ਨਾ, ਉੱਥੋਂ ਉਹ ਗਾਇਬ ਹੋ ਜਾਂਦੀ। ਜੁਗਨੂੰ ਬਹੁਤ ਸੋਹਣੀ ਚੀਜ਼ ਹੁੰਦੀ ਸੀ, ਸ਼ਾਇਦ ਕਿਸੇ ਦਿਨ ਦੇਖਿਆ ਹੋਏ, ਤੇ ਅਸੀਂ ਉਹਨੂੰ ਇਸ ਤਰ੍ਹਾਂ ਫੜਦੇ ਸੀ ਨਾ, ਤੇ ਫਿਰ ਅੰਦਰੋਂ ਲਾਈਟ ਦੇਖਦੇ ਸੀ, ਅੱਛਾ ਲਾਈਟ ਚੱਲਦੀ ਪਈ ਹੈ, ਤੇ ਫਿਰ ਉਹ ਸਾਨੂੰ ਬਹੁਤ ਚੰਗੇ ਲੱਗਦੇ ਸੀ। ਮਤਲਬ ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਸੀ, ਉਹ ਸਾਨੂੰ ਖੁਸ਼ੀ ਦਿੰਦੀਆਂ ਸੀ। ਅਸੀਂ ਛੋਟੇ ਛੋਟੇ ਗੋਭੀ ਦੇ ਛੋਟੇ ਜਿਹੇ ਆਲੂ ਬੀਜਣੇ, ਆਲੂ ਕਿੰਨੇ ਵੱਡੇ ਨਿਕਲਣੇ, ਅਸੀਂ ਬੜੇ ਖੁਸ਼ ਹੋਣਾ, ਕਿੰਨੇ ਵੱਡੇ ਆਲੂ, ਅਸੀਂ ਛੋਟਾ ਜਿਹਾ ਬੀਜਿਆ ਸੀਗਾ। ਮਤਲਬ ਇਹ ਚੀਜ਼ਾਂ ਖੁਸ਼ੀ ਦਿੰਦੀਆਂ ਸੀ। ਫਿਰ ਸਾਡੇ ਹੋਰ ਹੁੰਦੇ ਸੀ ਛੋਟੇ ਛੋਟੇ, ਸਵੇਰੇ ਵੱਡੇ ਖੇਡ ਲਏ, ਸ਼ਾਮ ਨੂੰ ਇਹ ਕਰ ਲਿਆ, ਕਦੀ ਕਿਸੇ ਨਾਲ ਕੁਛ ਗੇਮ ਖੇਡ ਲਈ, ਕਦੀ ਕਿਸ ਗੇਮ ਖੇਡ ਲਈ। ਉਹਦੇ ਵਿੱਚ ਕੋਈ ਜਿੱਤਣ ਹਾਰਨ ਵਾਲਾ ਕੋਈ ਖਾਸ ਕੰਸੈਪਟ ਨਹੀਂ ਸੀ ਹੁੰਦਾ, ਪਰ ਉਸ 'ਚ ਖੁਸ਼ੀ ਦੇ ਪਲ ਆ ਜਾਂਦੇ ਸੀ। ਖੁਸ਼ੀ ਜਿਹੜੀ ਹੈ ਨਾ, ਇਹ ਤਾਂ ਇੱਕ ਕੰਸੈਪਟ ਗਲਤ ਕੀ ਹੈ ਕਿ ਹੈਪੀਨੈਸ ਦਾ ਕੰਸੈਪਟ ਹੈ ਕਿ ਸ਼ਾਇਦ ਸਾਨੂੰ ਲੱਗਦਾ ਕਿ ਦਿਸ ਇਜ਼ ਹੈਪੀਨੈਸ, ਦਿਸ ਇਜ਼ ਨੋਟ ਹੈਪੀਨੈਸ। ਜਿਹੜੀ ਹੈਪੀਨੈਸ ਦੇ ਜਿਹੜੇ ਪਲ ਹੁੰਦੇ ਆ ਨਾ, ਕਿ ਸਿਰਫ ਮੂਵਮੈਂਟਸ ਆਫ, ਪਲ ਆਇਆ, ਇੱਕ ਪਲ ਚਲੇਗਾ, ਬਾਈ ਦਾ ਟਾਈਮ ਯੂ ਰਿਅਲਾਈਜ਼ ਕਿ ਉਹ ਪਲ ਆ ਗਿਆ, ਟੌਪ 'ਤੇ ਹੈ, ਉਹ ਆਲਵੇਜ਼ ਡਿਕਲਾਈਨਿੰਗ ਹੈ। ਪਰ ਹੋਇਆ ਕੀ ਕਿ ਸਾਡੀ ਲਾਈਫ ਦੇ ਵਿੱਚ ਇੱਕ ਐਕਸੀਡੈਂਟ ਹੋਇਆ, ਜਿਹਦੇ ਵਿੱਚ ਅਸੀਂ ਇੱਕ ਧਮਾਕੇਦਾਰ ਖੁਸ਼ੀ ਐਕਸਪੀਰੀਅੰਸ ਕਰ ਲਈ। ਧਮਾਕੇਦਾਰ ਖੁਸ਼ੀ ਮਤਲਬ ਵਿਸਫੋਟਿਕ, ਇਹ ਉਹ ਖੁਸ਼ੀ ਨਹੀਂ ਹੈ ਜਿਹੜੀ ਕਿ ਨੋਰਮਲ ਇਨਸਾਨ ਵਾਸਤੇ ਬਣੀ ਹੈ। ਇਹ ਉਹ ਖੁਸ਼ੀ ਕਰ ਲਈ ਕਿ ਜਿਹਦੇ 'ਚ ਇੱਕਦਮ ਵਿਸਫੋਟਿਕ ਬੰਬ ਫਟਿਆ। ਉਹ ਬੰਬ ਇੰਨੀ ਜ਼ੋਰ ਦੀ ਫਟਿਆ ਕਿ ਉਹਨੇ ਡੋਪਾਮੀਨ ਦੀਆਂ, ਮਤਲਬ ਡੋਪਾਮੀਨ ਇੰਨੀ ਜ਼ਿਆਦਾ ਪ੍ਰੋਡਿਊਸ ਕਰਤੀ, ਇੰਨੀ ਜ਼ਿਆਦਾ ਪ੍ਰੋਡਿਊਸ ਕਰਤੀ ਕਿ ਉਹ ਸਾਡੇ ਵੱਸੋਂ ਬਾਹਰ ਹੋ ਗਈ, ਅਤੇ ਜਿਹੜੀ ਉਹ ਖੁਸ਼ੀ ਹੈ ਨਾ, ਉਹ ਸਾਡੇ ਹਿਪੋਕੈਂਪਸ ਏਰੀਏ 'ਚ ਬੈਠ ਗਈ। ਅੱਛਾ, ਹੁਣ ਇਹਦੇ ਪਿੱਛੇ ਮੈਂ ਨਾ ਤੁਹਾਨੂੰ ਸਮਝਾਉਣਾ ਕਿ ਇਹ ਡੋਪਾਮੀਨ ਕੀ ਚੀਜ਼ ਹੈ। ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ, ਕਿਉਂਕਿ ਇਸ ਹੋਸਪਿਟਲ ਦੇ ਵਿੱਚ ਜਿਹੜੀ ਅਸੀਂ ਗੱਲ ਕਰਾਂਗੇ ਨਾ, ਉਹ ਆਲਮੋਸਟ ਡੋਪਾਮੀਨ ਦੇ ਆਸੇ ਪਾਸੇ ਹੀ ਰਿਵੋਲਵ ਹੁੰਦੀ ਹੈ। ਜਿਹੜੀਆਂ ਅਸੀਂ ਮੈਡੀਸਨ ਦਿੰਦੇ ਹਾਂ ਉਹ ਵੀ ਡੋਪਾਮੀਨ ਨੂੰ ਕੰਟਰੋਲ ਕਰਦੀਆਂ। ਅਸੀਂ ਤਕਰੀਬਨ ਡੋਪਾਮੀਨ ਦੇ ਨਾਲ ਹੀ ਇੱਥੇ ਸਾਰੀ ਦੀ ਸਾਰੀ ਸਾਇੰਸ ਨੂੰ ਜੋੜਦੇ ਹਾਂ। ਹੁਣ ਡੋਪਾਮੀਨ ਇੱਕ ਕੈਮੀਕਲ ਪਦਾਰਥ, ਜਿਹਦੇ ਕਰਕੇ
ਦਿਮਾਗ ਦੇ ਵਿੱਚ ਜਿਹੜੇ ਨਿਊਰੋਨਸ ਹੁੰਦੇ ਆ, ਸੈੱਲ ਹੁੰਦੇ, ਉਹ ਆਪਸ 'ਚ ਗੱਲਬਾਤ ਕਰਦੇ ਆ, ਰਾਈਟ? ਤੇ ਡੋਪਾਮੀਨ ਦੇ ਤਿੰਨ ਕੰਮ ਦੇਖੇ ਗਏ ਆ, ਕਿਹੜੇ ਕਿਹੜੇ? ਪਹਿਲਾ ਡੋਪਾਮੀਨ ਦਾ ਕੰਮ ਹੈ ਕਿ ਤੁਹਾਨੂੰ ਅੱਛਾ ਮਹਿਸੂਸ ਕਰਾਂ, ਤੁਹਾਨੂੰ ਪਲੇਅਰ ਆ ਜਾਏ। ਪਲੇਅਰ ਮਤਲਬ ਕੋਈ ਚੀਜ਼ ਖਾਧੀ ਹੈ, ਕੋਈ ਰੋਟੀ ਖਾਧੀ ਹੈ, ਕੋਈ ਬੰਦਾ ਮਿਲਿਆ ਤੇ ਖੁਸ਼ੀ ਮਹਿਸੂਸ ਹੋਣੀ, ਇਹ ਡੋਪਾਮੀਨ ਦਾ ਇੱਕ ਕੰਮ ਹੈ। ਡੋਪਾਮੀਨ ਦਾ ਦੂਜਾ ਕੰਮ ਹੈ ਮੈਮਰੀ, ਯਾਦਦਾਸ਼ਤ, ਕਿ ਜਦੋਂ ਡੋਪਾਮੀਨ ਬਣਦੀ ਹੈ, ਇੱਕ ਸਾਡੀ ਬ੍ਰੇਨ ਦੇ ਵਿੱਚ ਹਿਪੋਕੈਂਪਸ ਏਰੀਆ ਹੁੰਦਾ ਹੈ, ਉਹਦੇ ਵਿੱਚ ਯਾਦਦਾਸ਼ਤ ਬੈਠ ਜਾਂਦੀ ਹੈ। ਤੀਸਰੀ ਜਿਹੜੀ ਡੋਪਾਮੀਨ ਦਾ ਕੰਮ ਹੁੰਦਾ ਮੂਵਮੈਂਟਸ, ਕਿ ਅਸੀਂ ਜਿੰਨਾ ਮੂਵ ਕਰਦੇ ਹਾਂ, ਜਿਹੜਾ ਮੈਂ ਤੁਰ ਕੇ ਆਇਆ ਜਾਂ ਤੁਸੀਂ ਜਿੱਥੋਂ ਤੁਰ ਕੇ ਆਏ ਹੋ, ਤੁਸੀਂ ਪੌੜੀਆਂ ਚੜ੍ਹ ਰਹੇ ਹੋ, ਉੱਪਰ ਜਾ ਰਹੇ ਹੋ, ਥੱਲੇ ਜਾ ਰਹੇ ਹੋ, ਜਿੱਥੇ ਵੀ ਜਾ ਰਹੇ ਹੋ, ਇਹ ਸਾਰੇ ਨੈਚੁਰਲ ਵੇਜ਼ ਆਫ ਪ੍ਰੋਡਿਊਸਿੰਗ ਡੋਪਾਮੀਨ। ਹੁਣ ਕੀ ਹੋਇਆ ਕਿ ਸਾਡੇ ਪੇਸ਼ੈਂਟ ਦੇ ਨਾਲ ਇੱਕ ਐਕਸੀਡੈਂਟ ਹੋਇਆ, ਉਹਨੇ ਕੋਈ ਵੀ ਇੱਕ ਐਕਸਪੀਰੀਅੰਸ ਇਹੋ ਜਿਹਾ ਕੀਤਾ ਡਰੱਗਸ ਦਾ, ਜਾਂ ਡਰੱਗਸ ਤੋਂ ਹਟ ਕੇ ਕੋਈ ਐਕਸਪੀਰੀਅੰਸ ਕੀਤਾ ਜਿਹਦੇ ਨਾਲ ਡੋਪਾਮੀਨ ਦੇ ਮਤਲਬ 100 times, 1000 times ਜ਼ਿਆਦਾ ਪ੍ਰੋਡਿਊਸ ਹੋ ਉਸੇ ਮੂਮੈਂਟ ਦੇ ਵਿੱਚ। ਜਦੋਂ ਉਹ 1000 times ਜ਼ਿਆਦਾ ਡੋਪਾਮੀਨ ਪ੍ਰੋਡਿਊਸ ਹੋਈ, ਉਹ ਜਿਹੜਾ ਮਜ਼ਾ ਸੀਗਾ ਉਸ ਇਨਸਾਨ ਨੇ ਕਦੀ ਮਹਿਸੂਸ ਨਹੀਂ ਕੀਤਾ। ਉਹਨੂੰ ਜ਼ਿੰਦਗੀ 'ਚ 2 or 4 ਇਵੈਂਟ ਹੁੰਦੇ ਹੈ ਜਿਹਦੇ ਵਿੱਚ ਉਹਦੇ ਨਾਲ ਦਾ ਕਦੀ ਕਦਾਈ ਕਿਸੇ ਨੇ ਮਜ਼ਾ ਕੀਤਾ ਹੁੰਦਾ, ਪਰ ਉਹ ਜਿਹਾ ਮਜ਼ਾ ਫਿਰ ਵੀ ਨਹੀਂ ਹੁੰਦਾ। ਉਹ ਜਿਹੜਾ ਮਜ਼ਾ ਹੈ ਉਹ ਜਾ ਕੇ ਹਿਪੋਕੈਂਪਸ ਦੇ ਵਿੱਚ ਬੈਠ ਜਾਂਦਾ। ਹੁਣ ਤੁਸੀਂ ਦੇਖੋ, ਇੰਨੀ ਹਾਈ ਡਿਗਰੀ ਦਾ ਮਜ਼ਾ ਜਿਹੜਾ ਕਿ 10,000 volts ਦੇ ਬਰਾਬਰ ਹੈ ਤੇ 220 volts ਉਹਦੇ ਸਾਹਮਣੇ ਕੀ ਚੀਜ਼ ਹੈ, ਉਹ ਜਿਹੜਾ ਮਜ਼ਾ ਉਹ ਜਾ ਕੇ ਹਿਪੋਕੈਂਪਸ ਦੇ ਵਿੱਚ ਇੱਕ ਯਾਦਦਾਸ਼ਤ ਬਣ ਗਈ, ਹਮੇਸ਼ਾ ਵਾਸਤੇ ਲਾਈਫ ਲੌਂਗ ਇੱਕ ਮੈਮਰੀ ਬਣ ਗਈ, ਕਿ ਜਿਹੜੀ ਮੈਮਰੀ ਤੁਹਾਨੂੰ ਹਮੇਸ਼ਾ ਯੂਫੋਰੀਆ ਦਿੰਦੀ ਹੈ, ਤੁਹਾਨੂੰ ਉਹ ਸਟੇਟ ਦਿੰਦੀ ਹੈ ਜਿਹੜਾ ਕਿ ਇੱਕ ਨੋਰਮਲ ਇਨਸਾਨ ਨੇ ਕਦੀ ਮਹਿਸੂਸ ਨਹੀਂ ਕੀਤੀ। ਪਰ ਉਹਦੇ 3 ਨੁਕਸਾਨ ਹੋਏ। ਪਹਿਲਾ ਨੁਕਸਾਨ ਹੋਇਆ ਜਿਹੜਾ ਮੈਂ ਤੁਹਾਨੂੰ ਕੀ ਦੱਸਿਆ, ਇਹਦਾ ਕੰਮ ਹੈ ਮਜ਼ਾ। ਦੂਸਰਾ ਹੈ ਯਾਦਦਾਸ਼ਤ, ਇਹ ਹੁਣ ਪਰਮਾਨੈਂਟ ਯਾਦਦਾਸ਼ਤ ਬਣ ਗਈ ਉਹਦੀ। ਐਂਡ ਥਰਡ ਮੂਵਮੈਂਟ, ਕਿ ਉਹਦੇ ਵਿੱਚ ਮੂਵਮੈਂਟਸ, ਉਹਨੂੰ ਹੁਣ ਉਹ ਮੂਵਮੈਂਟ ਕਰਨ ਦੀ ਲੋੜ ਨਹੀਂ। ਹਾਂ, ਜਿਹੜੀਆਂ ਉਹਦੇ ਅੰਦਰ ਉਹ ਮੂਵਮੈਂਟਸ ਹੋਣਗੀਆਂ ਨਾ, ਉਹ ਹੈਫਾਜ਼ਡ ਮੂਵਮੈਂਟਸ ਹੋਣਗੀਆਂ, ਉਹ ਵਾਇਲੈਂਟ ਹੋਏਗਾ, ਅਗਰੈਸਿਵ ਹੋਏਗਾ, ਭੰਗੜੇ ਪਾਏਗਾ, ਮਤਲਬ ਉਹ ਆਊਟ ਆਫ ਕੰਟਰੋਲ ਹੋ ਕੇ ਉਹਦੇ ਅੰਦਰ ਇੱਕ ਤਾਕਤ ਆ ਜਾਏਗੀ, ਜਿਹੜੀ ਕਿ ਉਹ ਮੂਵਮੈਂਟ ਜਿਹੜੀ ਹੈ ਉਹ ਅਬਨੋਰਮਲ ਮੂਵਮੈਂਟਸ ਹੋਏਗੀ। ਕਿਸੇ ਨੂੰ ਕੁੱਟਤਾ, ਕਿਸੇ ਨੂੰ ਥੱਪੜ ਲਾਤਾ, ਕੋਈ ਤੋੜਤਾ, ਕੋਈ ਰਿਸਕੀ ਬਿਹੇਵੀਅਰ ਕਰਤਾ, ਕੋਈ 3 ਮੰਜ਼ਲਾਂ ਤੋਂ ਛਾਲ ਲਾਤੀ, ਕੋਈ 120 ਦੇ ਉੱਪਰ ਗੱਡੀ ਚਲਾ ਲਈ, ਇਹ ਸਾਰੀਆਂ ਮੂਵਮੈਂਟਸ ਹੋ ਗਈਆਂ। ਹੁਣ ਇਹ 3 ਚੀਜ਼ਾਂ ਤੁਸੀਂ ਦੇਖੋ ਧਿਆਨ 'ਚ ਰੱਖਣਾ ਡੋਪਾਮੀਨ ਦੇ। ਅੱਛਾ, ਹੁਣ ਤੁਸੀਂ ਦੇਖੋ ਕਿ ਇਹੋ ਜਿਹੀ ਡੋਪਾਮੀਨ ਜਦੋਂ ਅਸੀਂ ਯਾਦ ਕਰਦੇ ਹਾਂ, ਜਿਨ੍ਹਾਂ ਨੇ ਡਰੱਗਸ ਕਦੀ ਨਹੀਂ ਲਈਆਂ, ਮੈਨੂੰ ਨਹੀਂ ਲੱਗਦਾ ਕਿ 4-5 ਮੂਵਮੈਂਟਸ ਤੋਂ ਇਲਾਵਾ ਕੋਈ ਮੂਵਮੈਂਟਸ ਹੁੰਦੇ ਆ ਜਦੋਂ ਅਸੀਂ ਇਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਕਰਦੇ ਹਾਂ ਜਿਹੜੀ ਕਿ ਕੰਸਿਡਰ ਕੀਤੀ ਜਾਂਦੀ ਹੈ। ਉਹਦੇ 'ਚ ਇੱਕ ਅੱਧੀ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਟੈਸਟ ਦੇ ਵਿੱਚ ਪਾਸ ਹੁੰਦੇ ਹੋ, ਜਾਂ ਕੋਈ ਸਕੋਰ ਕਰ ਲੈਂਦੇ ਹੋ, ਜਾਂ ਕੋਈ ਤੁਹਾਨੂੰ ਇੱਕ ਸਕਸੈਸ ਮਿਲ ਜਾਂਦੀ ਕਿਸੇ ਜਗ੍ਹਾ 'ਤੇ, ਪੜ੍ਹਾਈ 'ਤੇ, ਨੌਕਰੀ 'ਚ, ਜਾਂ ਤੁਹਾਨੂੰ ਇੱਕ ਦਿਨ ਕੋਈ ਕਹਿੰਦਾ ਕਿ ਅੱਛਾ ਡਾਕਟਰ ਸਾਹਿਬ ਬਣ ਗਏ ਤੁਸੀਂ, ਉਹ ਪਹਿਲੀ ਵਾਰੀ ਬੰਦਾ ਸੋਚਦਾ ਅੱਛਾ ਮੈਨੂੰ ਡਾਕਟਰ ਸਾਹਿਬ ਕਿਸੇ ਨੇ ਕਿਹਾ, ਉਹ ਖੁਸ਼ੀ ਹੁੰਦੀ ਹੈ। ਤੁਸੀਂ ਕੰਸਿਡਰ ਕਰ ਲੈਂਦੇ ਹੋ ਵਿਆਹ ਵੇਲੇ ਸ਼ਾਇਦ ਹੁੰਦੀ ਹੋਏਗੀ, ਉਹ ਮੈਨੂੰ ਪੱਕਾ ਨਹੀਂ ਪਤਾ, ਕਿ ਜਦੋਂ ਜਿਸ ਦਿਨ ਬੰਦਾ ਬਹੁਤ ਸੱਜਿਆ ਹੁੰਦਾ ਅਤੇ ਘੋੜੇ 'ਤੇ ਬੈਠਾ ਹੁੰਦਾ ਅਤੇ
ਜਿਹੜੀ ਹੈ ਦੁਲਹਨ ਵੀ ਉਹ ਬਹੁਤ ਸੱਜੀ ਸਵਾਰੀ ਹੁੰਦੀ ਹੈ ਤੇ ਦੁਨੀਆਂ ਜਾਣਦੀ ਲੋਕੀ ਉਹਨੂੰ ਦਿਖਾਉਣ ਆ ਰਹੇ ਦੁਲਹਨ ਦਿਖਾਓ ਜੀ ਦੁਲਹਨ ਦਿਖਾਓ ਜੀ ਮਤਲਬ ਮਾਈਟ ਬੀ ਦਿਸ ਬਟ ਥਰਡ ਥਿੰਗ ਜਿਹੜੀ ਹੈ ਮੈਨੂੰ ਕਾਫੀ ਸ਼ੋਰ ਹੈ ਕਿ ਜਦੋਂ ਤੁਹਾਡੇ ਘਰ ਬੱਚੇ ਦੀ ਜਨਮ ਹੁੰਦਾ ਨਾ ਬੱਚੇ ਦਾ ਜਨਮ ਹੁੰਦਾ ਉਸ ਦਿਨ ਜਿਹੜਾ ਪਹਿਲੀ ਵਾਰੀ ਤੁਸੀਂ ਆਪਣੇ ਬੱਚੇ ਦਾ ਐਕਸਪੀਰੀਅੰਸ ਕਰਦੇ ਹੋ ਕਿ ਅੱਛਾ ਇਹ ਤੁਹਾਡਾ ਬੱਚਾ ਹੈਗਾ ਉਸ ਵੇਲੇ ਕਦੀ ਇਸ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਬਾਕੀ ਰੇਅਰ ਹੈ ਇਸ ਤੋਂ ਇਲਾਵਾ ਮੈਨੂੰ ਲੱਗਦਾ ਨਹੀਂ ਕਿ ਇੰਨੀ ਇੰਟੈਂਸਿਟੀ ਦੀ ਖੁਸ਼ੀ ਕਿਸੇ ਵੇਲੇ ਮਿਲਦੀ ਹੋਏ ਤੁਸੀਂ ਦੇਖ ਲਓ ਇਹ ਤਿੰਨ ਪੰਜ ਜਿਹੜੇ ਆ ਨਾ ਆਪਣੀ ਜ਼ਿੰਦਗੀ 'ਚ ਹਮੇਸ਼ਾ ਯਾਦ ਰਹਿੰਦੇ ਆ ਤਿੰਨ ਚਾਰ ਚੀਜ਼ਾਂ ਜਿਹੜੀਆਂ ਹਮੇਸ਼ਾ ਯਾਦ ਰਹਿੰਦੀਆਂ ਐਂਡ ਬਾਈ ਦਾ ਟਾਈਮ ਤੁਸੀਂ ਇਹਨਾਂ ਚੀਜ਼ਾਂ ਨੂੰ ਯਾਦ ਕਰਦੇ ਹੋ ਨਾ ਉਸ ਵੇਲੇ ਜੇ ਕਿਸੇ ਇਨਸਾਨ ਦੇ ਨਾਲ ਇਹ ਐਕਸੀਡੈਂਟ ਹੋ ਜਾਵੇ ਨਾ ਇਹਨੇ ਉਹ ਤਿੰਨ ਯਾਦ ਵੀ ਭੁਲਾ ਦੇਣੀ ਇਹਨੇ ਉਹ ਤਿੰਨ ਚੀਜ਼ਾਂ ਵੀ ਭੁਲਾ ਦੇਣੀ ਹੁਣ ਤੁਸੀਂ ਦੇਖੋ ਕਿ ਕਿੰਨੀ ਖਤਰਨਾਕ ਬਿਮਾਰੀ ਹੈ ਕਿ ਸਾਡੇ ਦਿਮਾਗ ਦੇ ਵਿੱਚ ਆ ਕੇ ਬੈਠ ਗਈ ਹੈ ਇੱਕ ਯਾਦ ਜਿਹਨੇ ਬਾਕੀ ਜ਼ਿੰਦਗੀ ਦੀਆਂ ਸਾਰੀਆਂ ਯਾਦਾਂ ਫਿੱਕੀਆਂ ਕਰਤੀ ਹੁਣ ਸਾਡੇ ਪੇਸ਼ੈਂਟ ਕੋਲ ਕੀ ਇੱਕ ਆ ਗਿਆ ਕਿ ਸਾਡੇ ਪੇਸ਼ੈਂਟ ਦੀ ਬਦਕਿਸਮਤੀ ਹੈ ਪਰ ਉਹਨੂੰ ਉਸ ਵੇਲੇ ਲੱਗਦਾ ਹੈ ਕਿ ਵੀ ਪਹਿਲੀ ਵਾਰੀ ਮੇਰਾ ਕਿਸਮਤ ਜਾਗ ਗਈ ਹੈ ਕਿ ਮੈਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਾ ਅਤੇ ਉਹਦੇ ਹੱਥ 'ਚ ਇੱਕ ਸਵਿੱਚ ਆ ਗਿਆ ਹੁਣ ਉਹ ਕੀ ਕਰੇਗਾ ਕਿ ਮਿਹਨਤ ਕਰਕੇ ਉਹ ਡੋਪਾਮੀਨ ਨਹੀਂ ਪੈਦਾ ਕਰੇਗਾ ਉਹਦੇ ਕੋਲ ਇੱਕ ਸਵਿੱਚ ਆ ਗਿਆ ਜਦੋਂ ਮਰਜ਼ੀ ਔਨ ਕਰ ਲਏ ਜਦੋਂ ਮਰਜ਼ੀ ਔਫ ਕਰ ਲਏ ਜਦੋਂ ਮਰਜ਼ੀ ਔਨ ਕਰ ਲਏ ਜਦੋਂ ਮਰਜ਼ੀ ਔਫ ਕਰ ਲਏ ਹੁਣ ਤੁਸੀਂ ਦੇਖੋ ਕਿ ਇੱਕ ਇਨਸਾਨ ਦੇ ਕੋਲ ਇਹੋ ਜਿਹਾ ਸਵਿੱਚ ਆ ਜਾਏ ਜਿਹਦੇ ਨਾਲ ਉਹ ਜਦੋਂ ਮਰਜ਼ੀ ਮੰਜ਼ਰ ਸਾਰਾ ਚੇਂਜ ਕਰ ਲਏ ਅਤੇ ਉਹਨੂੰ ਖੁਸ਼ੀ ਮਹਿਸੂਸ ਹੋਣ ਲੱਗ ਪਏ ਉਸ ਬੰਦੇ ਨੂੰ ਫਿਰ ਆਪਣੀ ਜ਼ਿੰਦਗੀ ਨੂੰ ਜੀਣ ਦਾ ਮਕਸਦ ਖਤਮ ਹੋ ਜਾਏਗਾ ਨਾ ਤਾਂ ਉਹਦੇ 'ਚ ਮੋਟੀਵੇਸ਼ਨ ਰਹੇਗੀ ਨਾ ਉਹਦੇ 'ਚ ਉਹ ਰਹੇਗਾ ਕਿ ਮੈਂ ਕੋਈ ਚੀਜ਼ ਕਰਾਂ ਜਾਂ ਉਹਨੂੰ ਸਕਸੈਸ ਵਾਸਤੇ ਜਾਂ ਉਹਨੂੰ ਆਪਣਾ ਕੰਮ ਕੋਈ ਟਾਸਕ ਇਨੀਸ਼ੀਏਟ ਕਰਾਂ ਕਿਉਂਕਿ ਉਹਨੂੰ ਜ਼ਿੰਮੇਵਾਰੀ ਲੈਣ ਦਾ ਹੁਣ ਮਤਲਬ ਨਹੀਂ ਕਿਉਂਕਿ ਜ਼ਿੰਮੇਵਾਰੀਆਂ ਕਿਸ ਵਾਸਤੇ ਬਣੀਆਂ ਜੋ ਅਸੀਂ ਜ਼ਿੰਮੇਵਾਰੀਆਂ ਲੈਂਦੇ ਹੋ ਤਾਂ ਉਹਦੇ ਨਾਲ ਉਹਦੇ ਪਿੱਛੇ ਮਜ਼ਾ ਜੁੰਮੇ ਆ ਜੇ ਅਸੀਂ ਮਜ਼ਾ 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 ਕਰਦੇ ਹਾਂ ਨਾ ਤਾਂ ਇਸ ਤਰ੍ਹਾਂ ਗ੍ਰਾਫ ਨੀਚੇ ਜਾਂਦਾ ਮਜ਼ੇ ਦਾ ਅਤੇ ਜੇ ਅਸੀਂ ਮਜ਼ਾ ਜ਼ਿੰਮੇਵਾਰੀ ਮਜ਼ਾ ਜ਼ਿੰਮੇਵਾਰੀ ਮਜ਼ਾ ਜ਼ਿੰਮੇਵਾਰੀ ਉਹ ਫਿਰ ਕੋਂਸਟੈਂਟ ਰਹਿੰਦਾ ਰਾਈਟ ਫਿਰ ਤੁਹਾਨੂੰ ਇਹ ਲੈਂਦਾ ਕਿ ਇਹ ਜਿਹੜਾ ਮੈਂ ਜ਼ਿੰਮੇਵਾਰੀ ਚੁੱਕ ਰਿਹਾ ਨਾ ਇਹਦੇ ਪਿੱਛੇ ਇਹਦੇ ਥੱਲੇ ਇੱਕ ਮਜ਼ਾ ਲੁਕਿਆ ਐਂਡ ਦੈਟ ਇਜ਼ ਬਿਕੋਜ਼ ਆਫ ਡੋਪਾਮੀਨ ਹੁਣ ਤੁਸੀਂ ਦੇਖਿਆ ਜਿਹਨਾਂ ਦੀ ਡੋਪਾਮੀਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਨਾ ਅਲਟੀਮੇਟਲੀ ਕੀ ਹੁੰਦਾ ਕੀ ਹੈ ਕਿ ਪਾਰਕਿੰਸੋਨਿਜ਼ਮ ਦੀ ਬਿਮਾਰੀ ਹੈ ਉਹਦੇ ਵਿੱਚ ਅਸੀਂ ਸਾਰੇ ਦੇਖਿਆ ਕਿ ਹੱਥ ਕੰਬਣ ਲੱਗ ਪੈਂਦੇ ਹੈ ਇਸ ਤਰ੍ਹਾਂ ਕਰਨ ਲੱਗ ਪੈਂਦੇ ਹੈ ਅਤੇ ਓਲਡ ਏਜ ਦੇ ਵਿੱਚ ਉਹਦੇ ਵਿੱਚ ਹੁੰਦਾ ਕੀ ਹੈ ਕਿ ਉਹ ਪਾਰਕਿੰਸੋਨਿਜ਼ਮ ਜਿਹੜੀ ਹੈ ਉਹ ਡੋਪਾਮੀਨ ਜਿੱਥੇ ਹੋਣੀ ਚਾਹੀਦੀ ਉੱਥੋਂ ਘੱਟ ਕੇ ਅਤੇ ਕਿਸੇ ਹੋਰ ਏਰੀਏ ਚੱਲ ਜਾਂਦੀ ਹੈ ਜਿੱਥੇ ਉਹ ਮੂਵਮੈਂਟ ਆਉਣ ਲੱਗ ਪੈਂਦੀ ਹੈ ਯਾਦਾਸ਼ਤ ਘੱਟ ਜਾਂਦੀ ਹੈ ਅਤੇ ਦੁਨੀਆਂ ਨਾਲੋਂ ਬੰਦਾ ਕੱਟਿਆ ਜਾ ਜਾਂਦਾ ਸੋ ਇਹ ਅਸੀਂ ਐਕਸਪੀਰੀਅੰਸ ਕਰਦੇ ਹਾਂ ਹੁਣ ਤੁਸੀਂ ਦੇਖੋ ਕਿ ਇਹ ਜਿਹੜੀਆਂ ਡਰੱਗਸ ਹੈ ਨਾ ਇਹ ਇੰਨੀਆਂ ਜ਼ਿਆਦਾ ਸੇਫ ਹੁੰਦੀਆਂ ਕਿ ਇਹਦੇ ਵਿੱਚ ਅਸੀਂ ਜਿਹੜੀਆਂ ਡਰੱਗਸ ਯੂਜ਼ ਕਰਦੇ ਹਾਂ ਉਹ ਇੱਕ ਫਸਟ ਕੈਟੇਗਰੀ ਦੀਆਂ ਹੁੰਦੀਆਂ ਇੱਕ ਸੈਕਿੰਡ ਕੈਟੇਗਰੀ ਕੈਟੇਗਰੀ ਜਦੋਂ ਪੇਸ਼ੈਂਟ ਸਾਡੇ ਕੋਲ ਪਹਿਲੇ ਦਿਨ ਆਉਂਦਾ ਹੈ ਨਾ ਉਦੋਂ ਅਸੀਂ ਫਸਟ ਕੈਟੇਗਰੀ ਦੀਆਂ ਡਰੱਗ ਯੂਜ਼ ਕਰਦੇ ਹਾਂ ਕਿਉਂਕਿ ਫਸਟ ਕੈਟੇਗਰੀ ਦੀਆਂ ਡਰੱਗਸ ਦੇ ਇਫੈਕਟਿਵ ਨੈਟ ਐਕਸ਼ਨ ਜਿਹੜਾ ਸਭ ਤੋਂ ਵਧੀਆ ਹੁੰਦਾ ਇਟ ਇਜ਼ ਵੈਰੀ ਵੈਰੀ ਇਫੈਕਟਿਵ ਇਨ ਅਕਿਊਟ ਸਟੇਜ ਜਦੋਂ ਪੇਸ਼ੈਂਟ ਦਾ ਖਤਰਾ ਹੈਗਾ ਕਿ ਉਹ ਆਪਣੀ ਜਾਨ ਨਾ ਲੈ ਲਏ ਜਾਂ ਕਿਸੇ ਦੀ ਨਾ ਲੈ ਲਏ ਜਾਂ ਸੁਸਾਈਡ ਨਾ ਕਰ ਲਏ ਜੋ ਇਸ ਵੇਲੇ ਬਹੁਤ ਔਖਾ ਹੈ ਉਹਨੂੰ ਨਹੀਂ ਪਤਾ ਲੱਗਦਾ ਪਿਆ ਆਸੇ ਪਾਸੇ ਦੁਨੀਆਂ ਦਾ ਰਿਐਲਿਟੀ ਨਾਲੋਂ ਕੱਟਿਆ ਉਦੋਂ ਸਾਨੂੰ ਫਸਟ ਵਾਲੀਆਂ ਮੈਡੀਸਨ ਯੂਜ਼ ਕਰਨੀਆਂ ਪੈਂਦੀਆਂ ਪਰ ਉਹਨਾਂ ਦੇ ਸਾਈਡ ਇਫੈਕਟਸ ਜ਼ਿਆਦਾ ਹੁੰਦੇ ਸੋ ਅਸੀਂ ਕੀ ਦੇਖਦੇ ਹਾਂ ਕਿ ਜਦੋਂ ਪੇਸ਼ੈਂਟ ਥੋੜ੍ਹਾ ਜਿਹਾ ਸੈਟਲ ਹੁੰਦਾ ਅਸੀਂ ਉਹ ਸੈਕਿੰਡ ਜਨਰੇਸ਼ਨ 'ਤੇ ਚਲੇ ਜਾਂਦੇ ਹਾਂ ਸੈਕਿੰਡ ਜਨਰੇਸ਼ਨ ਜਿਹੜੀ ਹੁੰਦੀ ਹੈ ਉਹ ਘੱਟ ਇਫੈਕਟਿਵ ਥੋੜ੍ਹੀਆਂ ਘੱਟ ਹੁੰਦੀਆਂ ਅਤੇ ਉਹ ਮੇਨਟੇਨੈਂਸ ਡੋਜ਼ ਵਾਸਤੇ ਠੀਕ ਹੁੰਦੀਆਂ ਪਰ ਉਹਨਾਂ ਦੇ ਸਾਈਡ ਇਫੈਕਟ ਵੀ ਘੱਟ ਹੁੰਦੇ ਜਦੋਂ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਨੂੰ
5 ਸਾਲ 7 ਸਾਲ ਜਾਂ ਲਾਈਫ ਲੌਂਗ ਜਾਂ ਕਈ ਵਾਰੀ ਦਵਾਈ ਖਾਣੀ ਪੈਂਦੀ ਹੈ ਅਤੇ ਫਿਰ ਅਸੀਂ ਕਰੀਦਾ ਕਿ ਸੈਕਿੰਡ ਜਨਰੇਸ਼ਨ 'ਤੇ ਚੱਲ ਜਾਈਦਾ, ਫਸਟ ਜਨਰੇਸ਼ਨ ਨੂੰ ਛੱਡ ਦੇਈਦਾ। ਜਿਹੜਾ ਅਸੀਂ ਇੱਥੇ ਅਕਿਊਟ ਟ੍ਰੀਟਮੈਂਟ ਕਰਦੇ ਹਾਂ ਨਾ ਭਾਟੀਆ ਹੋਸਪਿਟਲ, ਇੱਥੇ ਤਕਰੀਬਨ ਫਸਟ ਜਨਰੇਸ਼ਨ ਸਾਨੂੰ ਯੂਜ਼ ਕਰਨੀਆਂ ਪੈਂਦੀਆਂ। ਫਿਰ ਜਿਉਂ ਹੀ ਅਸੀਂ ਆਪਣੇ ਪੇਸ਼ੈਂਟ ਨੂੰ ਰੀਹੈਬ ਭੇਜਦੇ ਹਾਂ ਅਤੇ ਅਸੀਂ ਸੈਕਿੰਡ ਜਨਰੇਸ਼ਨ ਆਫ ਮੈਡੀਸਨ ਯੂਜ਼ ਕਰਦੇ ਹਾਂ। ਫਿਰ ਅਸੀਂ ਦੇਖਦੇ ਹਾਂ ਕਿ ਜਿਹੜੇ ਪੇਸ਼ੈਂਟਸ ਹੋਰ ਜ਼ਿਆਦਾ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰ ਲਿਆ, ਜਿਨ੍ਹਾਂ ਨੇ ਕਾਉਂਸਲਿੰਗ ਕੀਤੀ, ਜਿਨ੍ਹਾਂ ਨੇ ਸਾਈਕੋਥੈਰੇਪੀ ਸਮਝੀ, ਜਿਹੜੇ ਹੁਣ ਆਪ ਤਿਆਰ ਹੋ ਗਏ ਆ ਕਿ ਆਪਣਾ ਟ੍ਰੀਟਮੈਂਟ ਕਰਾਉਣ ਵਾਸਤੇ, ਉਹਨਾਂ ਨੂੰ ਅਸੀਂ ਮਾਈਲਡ ਮੈਡੀਕੇਸ਼ਨ ਦਿੰਦੇ ਹਾਂ। ਜਿਹੜੀਆਂ ਥਰਡ ਜਨਰੇਸ਼ਨ ਹੁੰਦੀਆਂ ਉਹ ਥਰਡ ਜਨਰੇਸ਼ਨ ਜਿਹੜੀਆਂ ਬੜੀਆਂ ਮਾਈਲਡ ਹੁੰਦੀਆਂ, ਪਰ ਉਹ ਤਾਂ ਹੀ ਕਾਰਗਰ ਹੁੰਦੀਆਂ ਜੇ ਆਪਾਂ ਪਹਿਲੀਆਂ ਸੈਕਿੰਡ ਫਸਟ ਅਤੇ ਸੈਕਿੰਡ ਯੂਜ਼ ਕੀਤੀਆਂ ਹੋਣ ਅਤੇ ਅਸੀਂ ਹੁਣ ਕਾਉਂਸਲਿੰਗ 'ਚ ਆ ਗਏ ਅਤੇ ਅਸੀਂ ਆਪਣੇ ਆਪ ਨੂੰ ਰੈਕਗਨਾਈਜ਼ ਕਰ ਲਿਆ ਕਿ ਮੈਂ ਇੱਕ ਪੇਸ਼ੈਂਟ ਹਾਂ ਅਤੇ ਮੈਂ ਆਪਣੇ ਟ੍ਰੀਟਮੈਂਟ ਵਾਸਤੇ ਆਪੇ ਆਉਣਾ। ਫਿਰ ਤੁਹਾਨੂੰ ਕੋਈ ਇਹ ਨਹੀਂ ਹੈ ਕਿ ਕੋਈ ਕਵੇ ਕਿ ਚਲੋ ਜੀ ਟ੍ਰੀਟਮੈਂਟ ਕਰਾਉਣ ਚਲੀਏ। ਉਸ ਸਟੇਜ ਦੇ ਵਿੱਚ ਫਿਰ ਅਸੀਂ ਥਰਡ ਜਨਰੇਸ਼ਨ ਮੈਡੀਸਨ ਯੂਜ਼ ਕਰਦੇ ਹਾਂ। ਜਦੋਂ ਸਾਡਾ ਪੇਸ਼ੈਂਟ ਰੀਹੈਬ ਤੋਂ ਬਾਹਰ ਜਾਂਦਾ, ਫੋਲੋ ਅਪ 'ਤੇ ਜਾਂਦਾ, ਅਤੇ ਉਦੋਂ ਸਾਨੂੰ ਉਹਨਾਂ ਮੈਡੀਸਨ ਦੀ ਲੋੜ ਪੈਂਦੀ ਹੈ। ਫਿਰ ਕਈ ਵਾਰੀ ਜੇ ਕੋਈ ਪ੍ਰੈਸੀਪਿਟੇਟਿੰਗ ਫੈਕਟਰ ਹੋ ਗਏ, ਘਰ 'ਚ ਕੋਈ ਈਵੈਂਟ ਹੋ ਗਿਆ ਜਾਂ ਕਿਸੇ ਪੇਸ਼ੈਂਟ ਨੇ ਜਾ ਕੇ ਦੁਬਾਰਾ ਨਸ਼ਾ ਕਰ ਲਿਆ, ਸਾਨੂੰ ਫਿਰ ਦੁਬਾਰਾ ਤੋਂ ਇਹ ਸਾਰਾ ਸਰਕਲ ਦੁਬਾਰਾ ਤੋਂ ਕਰਨਾ ਪੈਂਦਾ। ਮਤਲਬ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਡੀਟੋਕਸੀਫਾਈ, ਡੀਟੋਕਸੀਫਾਈ ਸਾਡਾ ਕੋਈ ਓਟਾ ਵੱਟਾ ਵਰਡ ਨਹੀਂ ਹੈਗਾ। ਅਸੀਂ ਬ੍ਰੇਨ ਨੂੰ ਟ੍ਰੀਟ ਕਰ ਰਹੇ ਹਾਂ। ਤੁਸੀਂ ਡਰੱਗਸ ਲਈਆਂ ਨਹੀਂ ਲਈਆਂ ਸਾਡੇ ਵਾਸਤੇ ਕੋਈ ਬਹੁਤ ਮੈਟਰ ਨਹੀਂ ਕਰਦਾ, ਕਿਉਂਕਿ ਡਰੱਗ ਲੈਣ ਤੋਂ ਬਗੈਰ ਵੀ ਕਈ ਜੈਨੇਟਿਕਲੀ ਇੰਨੇ ਪ੍ਰੀ ਡਿਸਪੋਜ਼ਡ ਹੁੰਦੇ ਆ ਕਿ ਉਹਨਾਂ ਦੇ ਵਿੱਚ ਉਹੀ ਕੈਮੀਕਲ ਰਿਐਕਸ਼ਨ ਆਉਂਦੇ ਆ ਜਿਨ੍ਹਾਂ ਦੇ ਕਈਆਂ ਦੇ ਵਿੱਚ ਡਰੱਗਸ ਲੈਣ ਕਰਕੇ ਆਉਂਦੇ ਨੇ। ਹਾਂ, ਜੇ ਕਿਸੇ ਦੇ ਵਿੱਚ ਕੋਈ ਥੋੜ੍ਹਾ ਬਹੁਤਾ ਵੀ ਚਾਂਸ ਹੈਗਾ ਅਤੇ ਜੇ ਉਹ ਬੰਦਾ ਡਰੱਗਸ ਲੈਣੀ ਸ਼ੁਰੂ ਕਰ ਦੇਗਾ, ਸਿਗਰਟ ਪੀ ਲਏਗਾ, ਵੀਡ ਲਏਗਾ, ਕੋਈ ਅਲਕੋਹਲ ਲਏਗਾ, ਕੁਛ ਵੀ ਲਏਗਾ, ਤਾਂ ਉਹਦੇ 100 ਟਾਈਮ ਚਾਂਸਿਸ ਇੱਕਦਮ ਸਰਫੇਸ ਤੇ ਆ ਜਾਣਗੇ, ਜਿਹਨੂੰ ਆਪਾਂ ਕਹਿੰਦੇ ਟ੍ਰਿਗਰ। ਟ੍ਰਿਗਰ ਹੋ ਗਿਆ ਨਾ, ਬਿਮਾਰੀ ਅੰਦਰ ਸੁੱਤੀ ਪਈ ਸੀ ਅਤੇ ਜਦੋਂ ਅਸੀਂ ਕੋਈ ਨਸ਼ਾ ਲਿਆ ਤੇ ਅਸੀਂ ਉਸ ਚੀਜ਼ ਨੂੰ ਟ੍ਰਿਗਰ ਹੋ ਗਿਆ। ਹੁਣ ਇਹ ਟ੍ਰਿਗਰ ਜਿਹੜੇ ਆ ਨਾ ਦੁਨੀਆਂ ਦੇ ਵਿੱਚ ਬੜੇ ਜ਼ਿਆਦਾ ਹੁੰਦੇ ਆ। ਮਤਲਬ ਜੇ ਆਪਾਂ ਨੂੰ ਅੰਡਰਸਟੈਂਡ ਕੀਤਾ ਜਾਏ ਨਾ ਟ੍ਰਿਗਰਸ ਕੀ ਹੁੰਦੇ ਆ, ਟ੍ਰਿਗਰਸ ਹਰ ਉਹ ਈਵੈਂਟ ਹੁੰਦਾ ਜਿਹਦੇ ਕਰਕੇ ਸਾਡੀ ਕੈਮੀਕਲ ਬੈਲੈਂਸ ਜਿਹੜਾ ਹਿੱਲ ਜਾਏ। ਸਪੋਜ਼ ਕਰੋ ਤੁਸੀਂ ਮੂਵੀ ਦੇਖੋ, ਸ਼ਰਾਬੀ ਮੂਵੀ ਦੇਖ ਲਏ, ਬੰਦਾ ਕੀ ਖਿਆਲ ਆ ਜਾਂਦੇ, ਦੇਖੀ ਕਿ ਨਹੀਂ ਅਮਿਤਾਭ ਬੱਚਨ ਦੀ? ਨਾ ਦੇਖਿਓ, ਬਿਲਕੁਲ ਨਾ ਦੇਖਿਓ, ਠੀਕ ਹੈ। ਹੁਣ ਇੱਕ ਬੰਦਾ ਮੇਰੇ ਕੋਲ ਸ਼ਰਾਬ ਛੱਡ ਰਿਹਾ, ਅਲਕੋਹਲ ਛੱਡ ਰਿਹਾ, ਅਤੇ ਉਹ ਸ਼ਰਾਬੀ ਮੂਵੀ ਦੇਖੇ ਜਾਂ ਉਹ ਦੇਵਦਾਸ ਦੇਖੇ, ਅਤੇ ਉਹ ਉਹਦਾ ਟ੍ਰਿਗਰ, ਜਾਂ ਉਹਦੇ ਸਾਹਮਣੇ ਬੈਠ ਕੇ ਕੁਝ ਪੀ ਰਿਹਾ ਇਹ ਉਹਦਾ ਟ੍ਰਿਗਰ, ਜਾਂ ਉਹ ਕਿਸੇ ਮੈਰਿਜ ਪਾਰਟੀ 'ਤੇ ਗਿਆ ਅਤੇ ਉੱਥੇ ਜਾ ਕੇ ਲੋਕ ਬੜੇ ਸੈੱਟ ਹੋ ਕੇ ਟੇਬਲ ਦੇ ਵਿਚਕਾਰ ਬੋਤਲਾਂ ਰੱਖ ਕੇ ਪੀ ਰਿਹਾ ਹੈ, ਉਹ ਸਾਡੇ ਪੇਸ਼ੈਂਟ ਵਾਸਤੇ ਟ੍ਰਿਗਰ। ਟ੍ਰਿਗਰ ਸਮਝਦੇ ਹੋ ਨਾ, ਪਿਸਤੌਲ ਜੋ ਚਲਾਉਂਦੇ ਅਤੇ ਟ੍ਰਿਗਰ। ਹੁਣ ਕਈ ਹੋਰ ਟ੍ਰਿਗਰ ਜਿਹੜੇ ਕਿ ਅਸੀਂ ਫੈਮਿਲੀ ਸਟਰਕਚਰ ਦੇ ਨਾਲ ਜਦੋਂ ਕੰਮ ਕਰਦੇ ਹਾਂ ਨਾ ਅਤੇ ਅਸੀਂ ਉਹ ਟ੍ਰਿਗਰਸ ਨੂੰ ਬਚਾਉਂਦੇ ਹਾਂ। ਫੈਮਿਲੀ ਦਾ ਕਿਸੇ ਫਾਦਰ ਨੇ ਬੱਚੇ ਦੀ ਬੇਇੱਜ਼ਤੀ ਕਰਤੀ, ਆਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ, ਜਾਂ ਕੋਈ ਪ੍ਰੋਵੋਕਿੰਗ ਸਟੇਟਮੈਂਟ ਹੋ ਗਈ, ਜਾਂ ਕੋਈ ਅਬਿਊਜ਼ਿਵ ਸਟੇਟਮੈਂਟ ਹੋ ਗਈ, ਜਾਂ ਕਿਸੇ ਬੱਚੇ ਨੂੰ ਕਹਿਤਾ ਤੂੰ ਤਾਂ ਹੈ ਹੀ ਘਟੀਆ, ਤੂੰ ਤਾਂ ਤੰਗ ਹੀ ਕਰ ਛੱਡਿਆ, ਤੂੰ ਤਾਂ ਮੇਰੀ ਜ਼ਿੰਦਗੀ ਖਰਾਬ ਕਰਤੀ ਹੈ, ਤੇਰੇ ਪਿੱਛੇ ਮੇਰੀ ਜ਼ਿੰਦਗੀ ਰੁਲ ਗਈ, ਮੇਰਾ ਬੁਢਾਪਾ ਰੁਲ ਗਿਆ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਸਟੇਟਮੈਂਟ ਦਿੰਦੇ ਹਾਂ ਜਾਂ ਘਰ ਦੇ ਵਿੱਚ ਬਹੁਤ ਜ਼ਿਆਦਾ ਪੁਲਿਸਿੰਗ ਜਾਂ ਆਪਸ ਦੇ ਵਿੱਚ ਤਸਾਦਮ, ਤਸਾਦਮ ਦਾ ਮਤਲਬ ਹੁੰਦਾ ਟਕਰਾਓ, ਜੇ ਸਾਡੇ ਘਰਾਂ ਦੇ ਵਿੱਚ ਟਕਰਾਓ ਰਹੇਗਾ ਨਾ ਤੇ ਸਮਝ ਲਓ ਇਹ ਸਾਰੇ ਦੇ ਸਾਰੇ ਟ੍ਰਿਗਰ। ਹੁਣ ਤੁਸੀਂ ਸਮਝਦੇ ਟ੍ਰਿਗਰ ਕੀ ਹੁੰਦੇ? ਕੋਈ ਵੀ ਇੰਸੀਡੈਂਟ ਐਕਸੀਡੈਂਟ ਜ਼ਿੰਦਗੀ ਦੇ ਵਿੱਚ ਜਿਹੜਾ ਕਿ ਸਾਡੀ ਉਸ ਯੂਫੋਰੀਏ ਨੂੰ ਔਨ ਕਰੇ, ਪਤਾ ਹੈ ਨਾ ਉਹ ਯੂਫੋਰੀਆ ਉਹੀ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ, ਡੋਪਾਮੀਨ ਦੇ ਰਸ਼ ਕਰਕੇ ਜਿਹੜੀ ਯਾਦ ਬਣੀ ਸੀ ਉਹ ਯਾਦ ਤਾਜ਼ਾ ਹੋ ਗਈ,
ਉਹ ਦੁਬਾਰਾ ਤੋਂ ਤਾਜ਼ਾ ਹੋ ਗਈ। ਹੁਣ ਦੋ ਚੀਜ਼ਾਂ ਆ ਗਈਆਂ, ਜਾਂ ਤਾਂ ਬੰਦਾ ਆਪਣੇ ਆਪ 'ਚ ਐਂਗਜ਼ਾਇਟੀ ਮਹਿਸੂਸ ਕਰੇਗਾ, ਬੇਚੈਨੀ ਮਹਿਸੂਸ ਕਰੇਗਾ, ਲੋਨਲੀਨੈਸ ਮਹਿਸੂਸ ਕਰੇਗਾ, ਖਾਲੀਪਨ ਮਹਿਸੂਸ ਕਰੇਗਾ, ਉਸ ਵੇਲੇ ਉਹਦਾ ਟਰਿੱਗਰ ਔਨ ਹੋ ਜਾਏਗਾ। ਜਾਂ ਉਹਨੂੰ ਲੜਾਈ ਝਗੜਾ ਤਾਜ਼ਾ ਤਾਜ਼ਾ ਕੋਈ ਹੋਇਆ, ਜਾਂ ਉਹਦੀ ਕਿਤੇ ਬੇਇੱਜ਼ਤੀ ਹੋਈ ਹੈ, ਜਾਂ ਉਹਦਾ ਉਹਨੇ ਕੋਈ ਫੇਲੀਅਰ ਜਾਂ ਕੋਈ ਰਿਜੈਕਸ਼ਨ ਮਹਿਸੂਸ ਕੀਤੀ ਹੈ, ਤੇ ਉਸ ਸਟੇਟ ਦੇ ਵਿੱਚ ਕੀ ਹੋਏਗਾ ਕਿ ਉਹ ਪੇਸ਼ੈਂਟ ਉਸ ਵੇਲੇ ਬੇਚੈਨੀ, ਐਂਗਜ਼ਾਇਟੀ ਤੇ ਡਿਪਰੈਸ਼ਨ 'ਚ ਚਲੇ ਜਾਏਗਾ, ਤੇ ਉਹਨੂੰ ਲੱਗੇਗਾ ਕਿ ਹੁਣ ਮੈਨੂੰ ਇਮੀਡੀਏਟਲੀ ਕੋਈ ਨਾ ਕੋਈ ਰਿਲੀਫ ਚਾਹੀਦਾ, ਤੇ ਮੈਂ ਫਿਰ ਉਹਦੇ ਅੰਦਰ ਟਰਿੱਗਰ ਜਿਹੜਾ ਨਾ ਉਹ ਕਰੇਵਿੰਗ ਪੈਦਾ ਕਰਦੇ। ਹੁਣ ਇਹਦਾ ਪਹਿਲਾ ਸਾਈਨ ਕੀ ਆਇਆ? ਟਰਿੱਗਰਸ। ਹੁਣ ਜਿਹੜਾ ਪੇਸ਼ੈਂਟ ਸਾਡਾ ਨਵਾਂ ਨਵਾਂ ਪੇਸ਼ੈਂਟ ਹੈ, ਠੀਕ ਹੋ ਕੇ ਜਾ ਰਿਹਾ, ਅਸੀਂ ਉਹਨੂੰ ਚਾਹੁੰਦੇ ਹਾਂ ਕਿ ਟਰਿੱਗਰਸ ਤੋਂ ਬਚਾ ਕੇ ਰੱਖੀਏ, ਕਿਉਂਕਿ ਉਹਦੇ ਕੋਲੋਂ ਹਾਲੇ ਉਹ ਸਟੇਜ ਨਹੀਂ ਆਈ ਕਿ ਉਹ ਆਪਣੀ ਕਰੇਵਿੰਗਸ ਨੂੰ ਨੈਕਸਟ ਸਟੈਪ ਤੋਂ ਰੋਕ ਸਕੇ। ਸੋ ਦੈਟ ਇਜ਼ ਵਾਈ ਫੈਮਿਲੀ ਸਟਰਕਚਰ ਪ੍ਰੋਗਰਾਮ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਅਸੀਂ ਜਿੰਨਾ ਮਰਜ਼ੀ ਕਹੀਏ ਦੋਸਤ, ਯਾਰ, ਸੋਸ਼ਲ ਸਰਕਲ, ਕੁਛ, ਇਹ ਸਭ ਇੱਕ ਫੇਕ ਚੀਜ਼ ਹੈ, ਕੁਛ ਨਹੀਂ ਹੁੰਦੀ। ਅਸਲ 'ਚ ਸਾਡੇ ਪੇਸ਼ੈਂਟ ਸਾਡੀ ਫੈਮਿਲੀ ਨਾਲ ਹੀ ਜੁੜੇ ਹੁੰਦੇ ਆ, ਜੜ੍ਹਾਂ ਸਾਰੀਆਂ ਫੈਮਿਲੀ ਦੀਆਂ ਜੁੜੀਆਂ ਹੋਈਆਂ। ਅਸੀਂ ਡਿਨਾਏ ਉੱਪਰੋਂ ਕਰ ਰਹੇ ਹਾਂ ਕਿ ਨਹੀਂ ਜੀ, ਨਹੀਂ, ਸਾਡੀ ਫੈਮਿਲੀ ਖੁਸ਼ੀ ਜਿਹੜੀ ਮਿਲਦੀ ਹੈ ਨਾ ਉਹ ਹਮੇਸ਼ਾ ਰੂਟਸ ਤੋਂ ਮਿਲਦੀ ਹੈ, ਅਤੇ ਰੂਟਸ ਜਿਹੜੀਆਂ ਹੈ ਨਾ ਉਹ ਫੈਮਿਲੀ ਦੇ ਵਿੱਚ ਹੀ ਹੈ। ਹਾਂ, ਉੱਪਰੋਂ ਤੁਹਾਨੂੰ ਲੱਗੇਗਾ ਕਿ ਤਨੇ ਵੱਖਰੇ ਜਾ ਰਹੇ ਆ, ਪੱਤੇ ਵੱਖਰੇ ਜਾ ਰਹੇ, ਫਲ ਵੱਖਰੇ ਜਾ ਰਹੇ, ਉਹ ਸਭ ਫੇਕ ਹੈ। ਇਹ ਯਾਰ ਦੋਸਤ ਜਿਹੜੇ ਹੁੰਦੇ ਆ ਨਾ, ਇਹ ਉਹਨਾਂ ਚੀਜ਼ਾਂ ਜਾਂਦੇ ਆ, ਦੇ ਆਰ ਨੋਟ ਕਨੈਕਟਿਡ, ਦੇ ਆਰ ਟਾਈਮਲੀ। ਤੁਹਾਡੇ ਕੋਈ ਅੱਜ ਤੁਹਾਡਾ ਖੁਸ਼ੀ ਦਾ ਟਾਈਮ ਹੈ, ਅੱਜ ਤੁਹਾਡੇ ਨਾਲ ਕੋਈ, ਤੁਹਾਡੇ ਕੋਲ ਪੈਸਾ ਹੈ, ਅੱਜ ਤੁਹਾਡੇ ਕੋਲ ਕੋਈ ਚੀਜ਼ ਹੈਗੀ ਹੈ ਜਿਹੜੀ ਕਿਸੇ ਨੂੰ ਚਾਹੀਦੀ ਹੈ, ਉਸ ਬੇਸ 'ਤੇ ਜਿਹੜੀ ਫਰੈਂਡਸ਼ਿਪ ਹੁੰਦੀ ਹੈ, ਜਿਹੜੀ ਇੱਕ ਦੂਜੇ ਨਾਲ ਮਿਲਦੇ ਹਾਂ। ਮੈਂ ਦੇਖਿਆ ਕਿ ਜਿਹੜੀ ਫਰੈਂਡਸ਼ਿਪ ਹੁੰਦੀ ਹੈ ਨਾ, ਇਹਦੀ ਆਰਟ ਦੇ ਅੰਦਰ ਹੀ ਜਿਹੜੀ ਸਾਰੀ ਟ੍ਰੇਡਿੰਗ ਹੁੰਦੀ ਹੈ ਨਾ ਡਰੱਗਸ ਦੀ, ਉਹ ਯਾਰੀ ਯਾਰੀ ਦੇ ਵਿੱਚ ਹੀ ਹੁੰਦੀ ਹੈ। ਯਾਰੀ ਯਾਰੀ ਦੇ ਵਿੱਚ ਇੱਕ ਘੁੱਟ ਲਵਾ ਦਿੱਤਾ, ਯਾਰੀ ਯਾਰੀ 'ਚ ਇੱਕ ਵਾਰੀ ਬੀਅਰ ਪਿਆ ਦਿੱਤੀ, ਯਾਰੀ ਦੇ ਵਿੱਚ ਇੱਕ ਜਾ ਕੇ ਓਵਰਨਾਈਟ ਸਟੇ ਕਰ ਲਿਆ, ਉੱਥੇ ਇੱਕ ਸਿਗਰਟ ਲਗਾ ਦਿੱਤੀ, ਉੱਥੇ ਇੱਕ ਛੋਟਾ ਜਿਹਾ ਕੋਈ ਛੋਟਾ ਜਿਹਾ ਇੱਕ ਇੰਸੀਡੈਂਟ ਕਿ ਵੀ ਬਰਥਡੇ ਹੈ ਤਾਂ ਚੱਲ ਇੱਕ ਸਿਗਰਟ ਲਾ ਲੈ, ਕੋਈ ਗੱਲ ਨਹੀਂ। ਪੀਪਲ ਥਿੰਕ ਇਟ ਇਜ਼ ਵੈਰੀ ਵੈਰੀ ਨੋਰਮਲ, ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦਾ ਓਨਲੀ ਥਿੰਗ ਆਈ ਹੈਵ ਨੋਟਿਸਡ ਇਜ਼ ਦਾ ਰੀਅਲ ਰਿਲੇਸ਼ਨਸ਼ਿਪ ਇਜ਼ ਆਲਵੇਜ਼ ਇਨ ਦਾ ਰੂਟਸ, ਐਂਡ ਰੂਟਸ ਸਟਰੋਂਗ ਹੋਣਗੀਆਂ ਅਤੇ ਅਸੀਂ ਇਸ ਚੀਜ਼ 'ਚੋਂ ਬਾਹਰ ਆ ਸਕਦੇ ਹਾਂ, ਭਾਵੇਂ ਤੁਹਾਨੂੰ ਔਖਾ ਹੋਏ, ਸੌਖਾ ਹੋਏ, ਚੇਂਜ ਕਰਨਾ ਪਵੇ, ਨਹੀਂ ਚਾਹੁੰਦੇ। ਜੇ ਤੁਸੀਂ ਆਪਣੇ ਪੇਸ਼ੈਂਟ ਨੂੰ ਸੇਵ ਕਰਨਾ ਚਾਹੁੰਦੇ ਹੋ, ਦਾ ਓਨਲੀ ਥਿੰਗ ਯੂ ਕੈਨ ਡੂ ਇਜ਼ ਕਿ ਆਪਣੇ ਪੇਸ਼ੈਂਟ ਦੀ ਰੂਟਸ ਦੇ ਉੱਪਰ ਆ ਜਾਓ ਬੇਟੇ, ਨਰਸਿੰਗ ਸਟਾਫ ਬੱਚਿਆਂ ਨੂੰ ਬੁਲਾਓ, ਇਹ ਦੋ ਬੱਚੇ ਗਏ ਆ, ਦੋਵੇਂ ਬੇਟੀਆਂ ਨੂੰ ਲੈ ਕੇ ਆਓ, ਆ ਜਾਓ ਅੱਗੇ ਆਓ ਬੇਟੇ, ਇਹਨਾਂ ਨੂੰ ਅੱਗੇ ਜਗ੍ਹਾ ਦਿਓ, ਆ ਜਾਓ ਬੇਟੇ ਅੱਗੇ ਆ ਜਾਓ, ਰਾਬੀਆ ਬਿਠਾਓ, ਇਹਨਾਂ ਨੂੰ ਬੱਚਿਆਂ ਨੂੰ ਬਿਠਾਓ, ਇਹਨਾਂ ਦੇ ਨਾਲ ਬੈਠੋ ਤੁਸੀਂ, ਆਪਣੇ 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 ਉਹਨਾਂ ਨੂੰ ਵੀ ਲਿਆਓ, ਆਪਣੇ ਨਾਲ ਬਿਠਾਉਣ ਦੀ ਕੋਸ਼ਿਸ਼ ਕਰੋ। ਜੇ ਇੱਕ ਮਿੰਟ ਵਾਸਤੇ ਵੀ ਇਹ ਬੱਚੇ ਬੈਠ ਜਾਣਗੇ ਨਾ, ਇਟ ਇਜ਼ ਆਰ ਸਕਸੈਸ, ਇੱਕ ਮਿੰਟ ਵਾਸਤੇ ਵੀ, ਈਵਨ ਇਫ ਦੇ ਸਿਟ ਫੋਰ 1 ਮਿੰਟ ਔਨ ਦਿਸ ਚੇਅਰ, ਇਟ ਇਜ਼ ਆਰ ਸਕਸੈਸ। ਸੋ ਤੁਸੀਂ ਇਹ ਦੇਖੋ ਕਿ ਮੈਂ, ਅਸੀਂ ਕਰ ਰਹੇ ਸੀਗੇ ਹੁਣ ਗੱਲ ਕਿੱਥੇ ਸੀ, ਰੂਟਸ ਦੇ ਉੱਪਰ, ਕਿ ਫੈਮਿਲੀ ਸਟਰਕਚਰ ਹੀ ਅਸਲੀ ਰੂਟ ਹੈ ਜੀ। ਦੁਨੀਆ ਜਹਾਨ ਸਮਝ ਗਈ ਆ ਹੁਣ, ਜਿੱਥੇ ਵੀ ਫੈਮਿਲੀ ਸਟਰਕਚਰ ਨੂੰ ਡਿਨਾਈ ਕੀਤਾ ਗਿਆ ਉੱਥੇ ਹੀ ਸਭ ਖਿਲਰ ਗਿਆ, ਸਾਰੇ ਬੂਟੇ ਸੁੱਕ ਗਏ ਆ,
ਇਕੱਠੇ ਰਹਿ ਕੇ ਹੀ ਬੂਟੇ ਜਿਹੜੇ ਆ ਨਾ ਇੱਕ ਦੂਜੇ ਨੂੰ ਸਟ੍ਰੈਂਥ ਦਿੰਦੇ ਆ, ਜੜ੍ਹਾਂ ਜਿਹੜੀਆਂ ਇੱਕ ਦੂਸਰੇ ਨਾਲ ਜੁੜੀਆਂ ਹੁੰਦੀਆਂ। ਅਸੀਂ ਉੱਪਰੋਂ ਡਿਨਾਈ ਕਰਦੇ ਰਹਿੰਦੇ ਹਾਂ ਜੀ ਕੋਈ ਫੈਮਿਲੀ ਨਹੀਂ, ਕੋਈ ਕੁਛ ਨਹੀਂ, ਹੁੰਦੀਆਂ ਸਾਡੀਆਂ ਸਾਰੀਆਂ ਫੈਮਿਲੀ ਸਟਰਕਚਰ। ਅਸੀਂ ਇੱਥੇ ਕੀ ਕਰਦੇ ਹਾਂ ਕਿ ਉਸ ਫੈਮਿਲੀ ਸਟਰਕਚਰ ਨੂੰ ਦੁਬਾਰਾ ਤੋਂ ਰਿਵਾਈਵ ਕਰਾਉਂਦੇ ਹਾਂ ਅਤੇ ਤੁਹਾਨੂੰ ਇੱਕ ਕੌਨਫੀਡੈਂਸ ਦਿੰਦੇ ਹਾਂ ਕਿ ਤੁਹਾਡੀ ਫੈਮਿਲੀ ਬੜੀ ਜ਼ਬਰਦਸਤ ਹੈ। ਜਿਹੜੇ ਲੋਕ ਇੱਥੇ ਪਹੁੰਚੇ ਆ ਦੇ ਵੈਲਿਊ ਫੈਮਿਲੀ ਸਿਸਟਮ, ਉੱਪਰੋਂ ਉੱਪਰੋਂ ਜਿੰਨਾ ਮਰਜ਼ੀ ਡਿਨਾਈ ਕਰਨ, ਕਿਉਂਕਿ ਇਸ ਹੋਸਪਿਟਲ ਦੇ ਵਿੱਚ ਪਹੁੰਚਣ ਦਾ ਮਤਲਬ ਹੀ ਇਹ ਹੈ ਕਿ ਸਾਡੇ ਪੇਸ਼ੈਂਟ ਨੂੰ ਜੇ ਤੁਸੀਂ ਇੱਕ ਤਰੀਕੇ ਨਾਲ ਇੱਥੇ ਲਏ ਹੋਏ ਦਾ ਮਤਲਬ ਹੈ ਯੂ ਆਰ ਐਲੀਜੀਬਲ ਫੈਮਿਲੀ। ਆਲ ਯੂ ਨੀਡ ਟੂ ਡੂ ਇਜ਼ ਲਰਨ ਸਰਟਨ ਸਕਿੱਲਸ ਵਿਚ ਵਿਲ ਬੀ ਟੋਟ ਓਵਰ ਦਾ ਪੀਰੀਅਡ ਆਫ ਟਾਈਮ। ਇੱਕ ਵਾਰੀ ਤੁਹਾਨੂੰ ਮੈਂ ਦੈਟ ਇਜ਼ ਵਟ ਵੀ ਆਰ ਲੁਕਿੰਗ ਫੋਰ। ਅੱਛਾ, ਇਹ ਮੈਂ ਨਾ ਤੁਹਾਨੂੰ ਸਾਰੀ ਚੀਜ਼ ਤਾਂ ਦੱਸ ਰਿਹਾ ਸਟੋਰੀ ਕਿ ਤੁਸੀਂ ਆਪਣੇ ਆਪ ਨੂੰ ਫਿਕਸ ਕਰ ਲਓ ਕਿ ਤੁਹਾਡੀ ਰਿਸਪੋਂਸੀਬਿਲਟੀ ਕਿਸ ਤਰ੍ਹਾਂ ਬਣਦੀ ਹੈ। ਸੋ ਪਹਿਲੀ ਗੱਲ ਤਾਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਾ ਕਰੋ। ਯੂ ਆਰ ਅਮੰਗ ਦਾ 0.1% ਆਫ ਦਾ ਫੈਮਿਲੀਜ਼ ਜਿਹਨਾਂ ਨੇ ਇੰਨੀ ਹਿੰਮਤ ਕੀਤੀ ਹੈ, ਜਿਹਨਾਂ ਨੇ ਇੰਨੇ ਗੱਠ ਦਿਖਾਏ ਹੈ, ਜਿਹਨੇ ਇੰਨਾ ਦਿਲ ਕੰਡ ਕੀਤਾ ਕਿ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਤੁਸੀਂ ਇੱਥੇ ਲੈ ਕੇ ਆਏ ਹੋ ਜਾਂ ਆਪਣੇ ਹਸਬੈਂਡ ਨੂੰ ਬਚਾਉਣ ਵਾਸਤੇ। ਸੋ ਯੂ ਆਰ ਰੀਅਲੀ ਨਾਈਸ ਫੈਮਿਲੀ, ਡੋਂਟ ਹੈਵ ਟੂ ਫੀਲ ਸ਼ੇਮ, ਨਾ ਫੀਲ ਕਰੋ, ਟੌਕਸਿਕ ਸ਼ੇਮ ਨਾ ਫੀਲ ਕਰੋ। ਤੁਹਾਡਾ ਕੋਈ ਕਾਰਨ ਨਹੀਂ ਹੈ ਜਿਹਦੇ ਕਰਕੇ ਤੁਹਾਡਾ ਬੱਚਾ ਬਿਮਾਰ ਹੈ, ਬਿਲਕੁਲ ਹੈ, ਮਨ ਚੋਂ ਕੱਢ ਦਿਓ। ਬੱਚੇ ਦੇ ਬਿਮਾਰ ਹੋਣ ਦੇ ਪਿੱਛੇ ਜੈਨੇਟਿਕਸ ਹੈ, ਬੱਚੇ ਦੇ ਬਿਮਾਰ ਹੋਣ ਦੇ ਪਿੱਛੇ ਕੁਦਰਤ ਦੀਆਂ ਕਈ ਚੀਜ਼ਾਂ ਹੈ। ਅਸੀਂ ਜਿੰਨਾ ਮਰਜ਼ੀ ਡਿਫਾਈਨ ਕਰੀਏ, ਸਾਇੰਸ ਕਹਿੰਦੀ ਹੈ ਕਿ ਨਾ, ਪਹਿਲਾਂ ਪੇਰੈਂਟਸ ਸਭ ਤੋਂ ਪਹਿਲਾਂ ਆਪਣੇ ਗਲੋਂ ਇਹ ਚੀਜ਼ ਲਾ ਦੇਣ ਕਿ ਉਹਨਾਂ ਦੀ ਕਿਸੇ ਵਜ੍ਹਾ ਕਰਕੇ ਉਹਨਾਂ ਦਾ ਬੱਚਾ ਬਿਮਾਰ ਹੋਇਆ, ਬੱਚੇ ਨੇ ਬਿਮਾਰ ਹੋਣਾ ਹੀ ਸੀਗਾ। ਹਾਂ, ਫੈਮਿਲੀ ਇਹ ਕਰ ਸਕਦੀ ਹੈ ਕਿ ਆਪਣੀ ਇੱਕ ਕਰੇਜ ਪੈਦਾ ਕਰੇ ਕਿ ਅਸੀਂ ਆਪਣੇ ਬੱਚੇ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਚਾਉਣਾ ਹੀ ਬਚਾਉਣਾ, ਬਸ ਇਹ ਵਾਲੇ ਕੌਨਫੀਡੈਂਸ ਮੈਨੂੰ ਚਾਹੀਦਾ। ਜੇ ਤੁਸੀਂ ਇਹ ਸੋਚਦੇ ਹੋ ਕਿ ਹਾਂ ਕਰਾ ਕੇ ਦੇਖ ਲੈਂਦੇ ਹਾਂ ਜੀ, ਫਿਰ ਇਹ ਬਿਮਾਰੀ ਨਹੀਂ ਆਉਣ ਵਾਲੀ। ਇਟ ਇਜ਼ ਟੂ ਕੈਂਸਰਸ, ਇਟ ਇਜ਼ ਟੂ ਡੀਪ, ਇਟ ਇਜ਼ ਟੂ ਮੱਚ ਇਨ ਟੂ ਦਾ ਡੈਪਥ ਆਫ ਦਾ ਬ੍ਰੇਨ ਕਿ ਤੁਸੀਂ ਇਸ ਬਿਮਾਰੀ ਤੋਂ ਮਤਲਬ ਸੌਖਾ ਨਹੀਂ ਹੈ। ਹੁਣ ਤੁਹਾਨੂੰ ਸਾਨੂੰ ਤੁਹਾਡੀ ਕੋਆਪਰੇਸ਼ਨ ਇਹ ਚਾਹੀਦੀ ਹੈ। ਅੱਛਾ, ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਪਹਿਲੀ ਸੀਗੀ ਟ੍ਰਿਗਰ। ਟ੍ਰਿਗਰ ਹੁੰਦੇ ਕਿ ਦੁਨੀਆਂ ਦੇ ਵਿੱਚ ਆਸ ਪਾਸ ਤੁਹਾਡੇ ਸਾਹਮਣੇ ਕੋਈ ਵੀ ਉਹ ਚੀਜ਼ ਜਿਹੜੀ ਤੁਹਾਡੀ ਉਸ ਯਾਦਦਾਸ਼ਤ ਨੂੰ ਰਿਵਾਈਵ ਕਰਦੇ, ਯੂਫੋਰਿਕ ਇਫੈਕਟ ਨੂੰ ਰਿਵਾਈਵ ਕਰਦੇ। ਉਸ ਤੋਂ ਬਾਅਦ ਇੱਕ ਚੀਜ਼ ਆਈ ਹੁੰਦੀ ਹੈ ਜਿਹਨੂੰ ਕਹਿੰਦੇ ਹਾਂ ਅਸੀਂ ਕਰੇਵਿੰਗ। ਹੁਣ ਕਰੇਵਿੰਗ ਕੀ ਹੈ? ਕਰੇਵਿੰਗ ਇੱਕ ਦਿਲ ਦਾ ਮਾਮਲਾ, ਵੀ ਬੰਦਾ ਦਾ ਦਿਲ ਕਰ ਰਿਹਾ ਹੈ ਕਿ ਮੈਂ ਹੁਣ ਕਰਾਂ। ਟ੍ਰਿਗਰ ਆ ਗਿਆ, ਟ੍ਰਿਗਰ ਤੋਂ ਬਾਅਦ ਸੈਕਿੰਡ ਫੇਜ਼ ਆ ਗਈ ਕਰੇਵਿੰਗ। ਹੁਣ ਕਰੇਵਿੰਗ ਕੀ ਹੈ ਕਿ ਮੇਰਾ ਦਿਲ ਜਿਹੜਾ ਹੈ ਉਸ ਚੀਜ਼ ਵਾਸਤੇ ਡੁੱਲਦਾ ਜਾਂਦਾ। ਮੇਰਾ ਦਿਲ ਦੇ ਵਿੱਚ ਹਰ ਵੇਲੇ ਉਹ ਆ ਰਹੀ ਹੈ ਯਾਦ ਕਿ ਮੈਂ ਕਿਸੇ ਤਰ੍ਹਾਂ ਇਹਨੂੰ ਕਰ ਲਾਂ। ਫਿਰ ਬੰਦਾ ਪਹਿਲਾਂ ਸ਼ੁਰੂਆਤ ਇੱਥੋਂ ਕਰਦਾ ਕਿ ਮੈਂ ਕਰਾਂਗਾ ਨਹੀਂ, ਮੈਂ ਸਿਰਫ ਸੋਚਾਂਗਾ, ਮੈਂ ਸਿਰਫ ਫੈਂਟਸਾਈਜ਼ ਕਰਾਂਗਾ। ਮੇਰਾ ਫਿਰ ਕਿਤੇ ਨਾ ਕਿਤੇ, ਹੁਣ ਸਾਨੂੰ ਕਰੇਵਿੰਗ ਆਉਂਦੀ ਹੈ, ਕਿਸੇ ਨੂੰ ਮਿੱਠੇ ਦੀ ਕਰੇਵਿੰਗ, ਕਿਸੇ ਨੂੰ ਖਾਣੇ ਦੀ ਕਰੇਵਿੰਗ, ਕਿਸੇ ਨੂੰ ਕਿਸੇ ਚੀਜ਼ ਦੀ, ਕਿਸੇ ਨੂੰ ਕਿਸੇ ਚੀਜ਼ ਦੀ, ਕਿਸੇ ਨੂੰ ਪੈਸੇ ਦੀ ਕਰੇਵਿੰਗ, ਕਿਸੇ ਨੂੰ ਪਾਵਰ ਦੀ ਕਰੇਵਿੰਗ, ਕਿਸੇ ਨੂੰ ਬਹੁਤ ਜ਼ਿਆਦਾ ਇੱਕਦਮ ਅਮੀਰ ਅਤੇ ਇੱਕਦਮ ਬਹੁਤ ਜ਼ਿਆਦਾ ਪਾਵਰਫੁਲ ਬਣਨ ਦੀ ਕਰੇਵਿੰਗ, ਪਾਵਰ ਦੀ ਕਰੇਵਿੰਗ। ਕਰੇਵਿੰਗ ਕਿਸੇ ਚੀਜ਼ ਦੀ ਵੀ ਆ ਸਕਦੀ ਹੈ, ਕਿਸੇ ਦੀ ਬੇਇੱਜ਼ਤੀ ਕਰਨ ਦੀ ਕਰੇਵਿੰਗ, ਕਿਸੇ ਨਾਲ ਗੁੱਸਾ ਕਰਨ ਦੀ ਕਰੇਵਿੰਗ, ਕਿਸੇ ਦੇ ਨਾਲ ਗੱਲ ਨਿਪਟਾਉਣ ਦੀ ਕਰੇਵਿੰਗ। 10 ਸਾਲ ਪਹਿਲੇ ਇਹਨੇ ਮੈਨੂੰ ਤੰਗ ਕੀਤਾ ਸੀ, ਇਹਦੇ ਨਾਲ ਮੈਂ ਇਹਦੇ ਨਾਲ ਕਰਨਾ, ਮੁਕਾਬਲੇਬਾਜ਼ੀ ਦੀ ਕਰੇਵਿੰਗ ਕਿ ਮੈਂ ਇਹਦੇ ਨਾਲ ਮੁਕਾਬਲਾ ਕਰਕੇ ਇਹਨੂੰ ਦਿਖਾਉਣਾ ਹੈ ਕਿ ਮੈਂ ਕੀ ਚੀਜ਼ ਹਾਂ। ਇਸ ਤਰ੍ਹਾਂ ਦੀਆਂ ਕਰੇਵਿੰਗਸ ਨਾ ਬੰਦੇ ਦੇ ਅੰਦਰ ਆਉਂਦੀਆਂ ਨੇ। ਅੱਛਾ, ਜਦੋਂ ਇਹ ਕਰੇਵਿੰਗਸ ਆਉਂਦੀਆਂ ਨਾ, ਇਹ ਇੱਕ ਸਟੇਜ ਹੁੰਦੀ ਹੈ ਜਿੱਥੇ ਕਿ ਇਨਸਾਨ ਨੂੰ ਥੋੜ੍ਹੀ ਜਿਹੀ ਇਨਸਾਈਟ ਹੁੰਦੀ ਹੈ, ਉਹ ਹੈਲਪ ਲੈ ਸਕਦਾ। ਇਸ ਜਗ੍ਹਾ 'ਤੇ ਵੀ ਟ੍ਰਿਗਰਸ ਆਏ, ਕਰੇਵਿੰਗ ਸਟਾਰਟ ਹੋ ਗਈ, ਇਸ ਵੇਲੇ ਅਲਾਰਮ ਔਨ ਹੋ ਗਿਆ, ਤੁਸੀਂ ਹੁਣ ਆਪਣੇ ਕੌਂਸਲਰ ਨਾਲ,
ਆਪਣੇ ਡਾਕਟਰ ਨਾਲ, ਆਪਣੀ ਮੈਡੀਸਨਸ ਵਿੱਚੋਂ, ਜਿਹੜੀ ਤੁਹਾਡੀ ਕੋਈ SOS ਐਮਰਜੈਂਸੀ ਮੈਡੀਸਨ ਹੈ, ਫਟਾਫਟ ਲੈ ਕੇ ਖਾ ਲਓ ਐਂਡ ਡੋਂਟ ਵੇਟ ਦ ਕਰੇਵਿੰਗਸ ਟੂ ਗੋ ਅਪ ਐਂਡ ਅਪ, ਕਿਉਂਕਿ ਕਰੇਵਿੰਗ ਇੱਕ ਟਾਈਮ ਆਏਗਾ, ਇਟ ਵਿਲ ਟਰਨ ਇਨ ਟੂ ਅਰਜੈਂਸੀ. ਦ ਥਰਡ ਸਟੇਜ ਇਜ਼ ਗੋਇੰਗ ਟੂ ਬੀ ਅਰਜੈਂਸੀ. ਅਰਜੈਂਸੀ ਜਿਹੜਾ ਵਰਡ ਹੈ ਇਹ ਅਰਜੈਂਟ ਦੇ ਨਾਲ ਜੁੜਿਆ, ਅਰਜੈਂਸੀ ਤੇ ਅਰਜੈਂਟ. ਹੁਣ ਜਦੋਂ ਆ ਗਈ ਨਾ ਅਰਜੈਂਸੀ, ਫਿਰ ਸਮਝ ਲਓ ਕਿ ਗੋਲੀ ਨਿਕਲ ਗਈ, ਫਿਰ ਸਾਡੇ ਕੋਲੋਂ ਨਹੀਂ ਕੰਟਰੋਲ ਹੋਣਾ ਕਿ ਟਰਿੱਗਰ ਦੱਬਿਆ ਸੀਗਾ, ਕਰੇਵਿੰਗ ਆਈ, ਹੁਣ ਅਰਜੈਂਸੀ. ਹੁਣ ਅਰਜੈਂਸੀ ਦੇ ਵਿੱਚ ਇਹ ਇਨਸਾਨ ਹੁੰਦਾ ਕਿ ਰਸਤੇ 'ਚ ਕੋਈ ਆਉਂਦਾ ਤੇ ਉਹ ਖਤਮ ਹੋ ਜੇ, ਮੈਨੂੰ 3 ਮੰਜ਼ਲਾਂ ਤੋਂ ਛਾਲ ਮਾਰਨੀ ਹੈ ਮੈਂ ਤਾਂ ਵੀ ਕਰਨੀ, ਮੈਂ ਕਿਤੋਂ ਪੈਸਾ ਚੋਰੀ ਕਰਨਾ, ਰਸਤੇ 'ਚ ਜਿਹੜਾ ਵੀ ਆਏਗਾ ਉਹ ਮੇਰਾ ਦੁਸ਼ਮਣ ਹੈ, ਕਿਉਂਕਿ ਮੇਰੇ ਅੰਦਰ ਆ ਗਈ ਅਰਜੈਂਸੀ. ਹੁਣ ਅਰਜੈਂਸੀ ਜਿਹੜੀ ਕਹਿੰਦੀ ਹੈ ਕਿ ਇਹ ਤੇ ਹੁਣ ਫਾਇਰ ਬ੍ਰਿਗੇਡ, ਘੱਟ ਤੋਂ ਘੱਟ ਫਾਇਰ ਬ੍ਰਿਗੇਡ ਹੀ ਚਾਹੀਦੀ ਹੈ ਇਸ ਚੀਜ਼ ਨੂੰ ਬਚਾਉਣ ਵਾਸਤੇ, ਜਿਹਦੇ ਵਿੱਚ ਇੱਕ ਹੀ ਤਰੀਕਾ ਹੁੰਦਾ ਕਿ ਤੁਹਾਡਾ ਕੌਂਸਲਰ, ਤੁਹਾਡੀ ਫੈਮਿਲੀ, ਕਿਉਂਕਿ ਫੈਮਿਲੀ ਉਸ ਵੇਲੇ ਕੋਲ ਹੁੰਦੀ ਹੈ, ਫੈਮਿਲੀ ਦਾ ਕੰਮ ਹੈ ਕੌਂਸਲਰ ਨਾਲ ਕੰਟੈਕਟ ਕਰਨਾ. ਉਸ ਵੇਲੇ ਇਨਸਾਨ ਆਪੇ ਨਹੀਂ ਮੰਗ ਸਕਦਾ ਹੈਲਪ, ਕਰੇਵਿੰਗ ਦੀ ਸਟੇਟ ਤੱਕ ਉਹ ਮੰਗ ਸਕਦਾ, ਟ੍ਰਿਗਰ ਤੋਂ ਬਚਾ ਸਕਦਾ. ਪਰ ਜਿਸ ਦਿਨ ਇਹ ਆ ਗਈ ਨਾ ਅਰਜੈਂਸੀ, ਅਰਜੈਂਸੀ ਦਾ ਮਤਲਬ ਸਿਰਫ ਇਹ ਹੈ ਕਿ ਬਸ ਹੁਣ ਤੁਹਾਡੇ ਤੇ ਉਹਦੇ ਵਿਚਕਾਰ ਰਸਤਾ ਬਹੁਤ ਥੋੜਾ ਰਹਿ ਗਿਆ. ਪਰ ਨੈਵਰ ਦਾ ਲੈਸ ਵੀ ਹੈਵ ਸੀਨ ਪੇਸ਼ੈਂਟ ਜਿਹੜੇ ਅਰਜੈਂਸੀ ਦੇ ਵਿੱਚ ਵੀ ਆਪਣੀ ਫੈਮਿਲੀ ਨੂੰ ਦੱਸਦੇ ਆ ਤੇ ਫੈਮਿਲੀ ਉਹਨਾਂ ਦੇ ਆਸ ਪਾਸ ਇਕੱਠੀ ਹੋ ਜਾਂਦੀ ਹੈ ਐਂਡ ਦੇ ਮੇਕ ਏ ਪਲੈਨ ਕਿ ਅਸੀਂ ਚਲੋ ਰਾਤੋਂ ਰਾਤ ਚੱਲਦੇ ਹਾਂ ਤੇ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ, ਕੋਈ ਨਾ ਕੋਈ ਚੀਜ਼ ਤੇ ਹੋਏਗੀ ਜਿਹੜੀ, ਕਿਉਂਕਿ ਫਾਇਰ ਬ੍ਰਿਗੇਡ ਵੀ ਤਾਂ ਬਣੀ ਹੈ ਨਾ, ਜੇ ਅੱਗ ਲੱਗ ਗਈ ਹੈ ਤੇ ਫਾਇਰ ਬ੍ਰਿਗੇਡ ਵੀ ਤਾਂ ਹੈਗੀ ਹੈ. ਸੋ ਰੌਲਾ ਪਾ ਦਿੱਤਾ ਉਸ ਵੇਲੇ. ਬਟ ਇਹ ਦੇਖੋ ਸਾਡੇ ਪੇਸ਼ੈਂਟਸ ਨੂੰ ਇਹ 3 ਸਟੇਜਿਸ ਦੀ ਰਿਅਲਾਈਜੇਸ਼ਨ ਤੇ 3 ਸਟੇਜਿਸ ਬਾਰੇ ਨੌਲੇਜ ਹੋਣੀ ਇੰਨੀ ਸੌਖੀ ਗੱਲ ਨਹੀਂ ਹੈ, ਪਰ ਇਹ ਨੌਲੇਜ ਪਹਿਲਾਂ ਤੁਹਾਨੂੰ ਹੋਣੀ ਚਾਹੀਦੀ ਕਿ ਸਾਡੇ ਪੇਸ਼ੈਂਟ ਦੇ ਵਿੱਚ ਇਹ ਕਿਉਂ ਆ ਰਿਹਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਉਹ ਡੋਪਾਮੀਨ ਬਣਿਆ, ਡੋਪਾਮੀਨ ਨੇ ਇੱਕ ਕੰਮ ਕੀਤਾ ਮਜ਼ਾ ਦਿੱਤਾ, ਡੋਪਾਮੀਨ ਨੇ ਉਹ ਮਜ਼ਾ ਜਿਹੜਾ ਜੇ ਮਜ਼ਾ ਦਿੱਤਾ ਹੁੰਦਾ ਤੇ ਜੇ ਯਾਦਾਸ਼ਤ ਨਾ ਬਣਦੀ ਤਾਂ ਵੀ ਕੋਈ ਗੱਲ ਨਹੀਂ ਸੀ, ਪਰ ਉਹ ਮਜ਼ਾ ਜਿਹੜਾ ਡੋਪਾਮੀਨ ਦਾ ਦੂਸਰਾ ਕੰਮ ਸੀਗਾ ਕਿ ਹਿਪੋਕੈਂਪਸ ਦੇ ਵਿੱਚ ਜਾ ਕੇ ਛਪ ਗਿਆ. ਤੀਜੀ ਚੀਜ਼ ਹੋ ਗਈ ਕਿ ਇੱਕ ਵੱਖਰੇ ਹੀ ਤਰ੍ਹਾਂ ਦਾ ਤਾਕਤ ਆ ਗਈ ਜਿਹੜੀ ਕਿ ਇਨਸਾਨੀ ਤਾਕਤ ਨਹੀਂ ਹੈ, ਜਿਹਨੂੰ ਸਾਨੂੰ ਕੋਈ ਡਿਵੀਏਟ ਨਹੀਂ ਕਰਨਾ ਆਉਂਦਾ, ਸਾਨੂੰ ਕੱਢਣਾ ਨਹੀਂ ਆਉਂਦਾ, ਉਹ ਜਿਹੜੀ ਤਾਕਤ ਡੋਪਾਮੀਨ ਦੇ ਕਰਕੇ ਆ ਗਈ, ਜਿਹਨੂੰ ਜਿਹੜੀ ਸਾਨੂੰ ਸੰਭਾਲਣੀ ਨਹੀਂ ਆਉਂਦੀ, ਜਿਹਨੂੰ ਬਲੈਕ ਮਨੀ ਵੀ ਕਹਿੰਦੇ ਆ, ਬਲੈਕ ਪਾਵਰ ਵੀ ਕਹਿੰਦੇ ਆ, ਇਹ ਹੁਣ ਹੁਣੇ ਹੀ ਖਰਚ ਕਰਨੀ ਕਰਨੀ ਆ ਉਹਨੇ, ਭਾਵੇਂ ਰਾਤ ਹੈ, ਭਾਵੇਂ ਦਿਨ ਹੈ, ਭਾਵੇਂ ਕੁਛ ਹੈ, ਭਾਵੇਂ ਸਵੇਰ ਹੈ, ਭਾਵੇਂ ਸ਼ਾਮ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿੱਥੇ ਰੂਲ ਟੁੱਟਦੇ ਆ, ਕਿੱਥੇ ਖਤਰਾ ਹੈ, ਇਹ ਉਸ ਵੇਲੇ ਉਹਨੇ ਸਾਰੇ ਉਹ ਕੰਮ ਕਰਨੇ ਆ ਜਿਹੜੇ ਕਿ ਡੇਂਜਰਸ ਟੂ ਲਾਈਫ ਹੋਣਗੇ. ਹੁਣ ਤੁਸੀਂ ਦੇਖੋ ਕਿ ਇਹ 3 ਸਟੇਜਿਸ ਦੀ ਅੰਡਰਸਟੈਂਡਿੰਗ, ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਮੈਡੀਸਨਸ ਦੀ ਇੱਕ ਬੜੀ ਵੱਡੀ ਭੂਮਿਕਾ, ਜਿੱਥੇ ਜਿਸ ਵੇਲੇ ਕੋਈ ਨਹੀਂ ਹੁੰਦਾ ਨਾ ਉਸ ਵੇਲੇ ਮੈਡੀਸਨ ਹੁੰਦੀ, ਜਾਂ ਮਦਰ ਹੈ ਨਾ ਫਾਦਰ ਹੈ, ਇਸ ਵੇਲੇ ਹੁਣ ਕੋਈ ਚੀਜ਼ ਕੰਮ ਨਹੀਂ ਕਰ ਰਹੀ ਕਿਉਂਕਿ ਡੋਪਾਮੀਨ ਦਾ ਲੈਵਲ ਇੰਨਾ ਜ਼ਿਆਦਾ ਚੜਿਆ ਹੋਇਆ, ਇਸ ਵੇਲੇ ਸਿਰਫ ਤੇ ਸਿਰਫ ਇੱਕ ਕੰਮ ਕਰ ਸਕਦਾ ਡਾਕਟਰ ਐਂਡ ਉਹਦੀ ਮੈਡੀਸਨ ਐਂਡ ਉਹਦਾ ਕੌਂਸਲਰ, ਰਾਈਟ. ਹੁਣ ਤੁਸੀਂ ਦੇਖੋ ਕਿ ਜਿਹੜੇ ਮੈਡੀਸਨ ਦੇ ਅਸੀਂ ਕਹਿੰਦੇ ਹਾਂ ਨਾ ਮੈਡੀਸਨ ਦੇ ਸਾਈਡ ਇਫੈਕਟ, ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਸਾਡੇ ਮੈਡੀਸਨ ਦੇ ਸਾਈਡ ਇਫੈਕਟ ਨਾ ਲੈਣ 'ਤੇ ਜ਼ਿਆਦਾ ਸਾਈਡ ਇਫੈਕਟ ਹੈ ਬਜਾਏ ਕਿ ਲੈਣ. ਹੁਣ ਤੁਸੀਂ ਇਹ ਦੇਖਣਾ ਕਿ ਸਾਈਡ ਇਫੈਕਟ ਤਾਂ ਚਲੋ ਹੈਗੇ ਆ, ਮੈਂ ਤਾਂ ਮੰਨ ਲਿਆ ਐਗਰੀ ਕਰ ਲਿਆ ਕਿ ਸਾਈਡ ਇਫੈਕਟਸ ਆਉਣਗੇ, ਕਿਉਂਕਿ ਇਟ ਕਾਂਟ ਬੀ ਅ ਨੈਚੁਰਲ ਥਿੰਗ, ਜਿਹੜੀ ਬਾਬਾ ਜੀ ਵੱਲੋਂ ਬਣਾਈ ਹੈ ਉਹ ਸਟਰਕਚਰ ਖਰਾਬ ਹੋਈ ਹੋਈ ਹੈ, ਤੇ ਤੁਸੀਂ ਦੁਨੀਆਂ ਦੀ ਕੋਈ ਦਵਾਈ ਨਹੀਂ. ਟੈਨਾਲੋਲ ਦੇ ਵਿੱਚ ਵੀ ਸਾਈਡ ਇਫੈਕਟ ਹੈਗੇ ਆ, ਕਰੋਸਿਨ 'ਚ ਵੀ ਸਾਈਡ ਇਫੈਕਟ ਹੈਗੇ ਆ, ਬਰੂਫਿਨ 'ਚ ਵੀ ਸਾਈਡ ਇਫੈਕਟ ਹੈਗੇ, ਕਿਹੜੀ ਦੁਨੀਆਂ ਦੀ ਦਵਾਈ ਹੈ ਜਿਹਦੇ 'ਚ ਸਾਈਡ ਇਫੈਕਟ ਨਹੀਂ ਹੈ?
ਬਟ ਵੀ ਹੈਵ ਟੂ ਬਿਲੀਵ ਦੈਟ ਜਿਹੜੀ ਇਹਨਾਂ ਡਰੱਗਸ ਹੁੰਦੀਆਂ, ਸਾਡੀਆਂ ਡਰੱਗਸ ਹੁੰਦੀਆਂ, ਦੇ ਆਰ ਸੇਫਰ ਦੈਨ ਅਦਰ ਡਰੱਗਸ ਐਂਡ ਦੇ ਹੈਵ ਲੈਸਰ ਸਾਈਡ ਇਫੈਕਟ ਦੈਨ ਕਾਰਬੋਹਾਈਡਰੇਟ, ਸ਼ੂਗਰ ਤੇ ਨਮਕ। ਮਤਲਬ ਇਹਨਾਂ ਨਾਲੋਂ ਘੱਟ ਹੈ। ਜੇ ਤੁਸੀਂ ਇਹਨਾਂ ਸਾਈਡ ਇਫੈਕਟ ਲੈਣਾ ਫਿਰ ਤੁਸੀਂ ਇਹ ਤਿੰਨ ਚੀਜ਼ਾਂ ਛੱਡੋ ਪਹਿਲਾਂ। ਫਿਰ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਜਿਹੜੇ ਸਾਈਡ ਇਫੈਕਟਸ ਹੁੰਦੇ ਆ ਇਹ ਦੇਖ ਦੇਖ ਕੇ ਅਸੀਂ ਆਪਣੇ ਪੇਸ਼ੈਂਟ ਦੀ ਮੈਡੀਸਨ ਨੂੰ, ਐਕਿਊਟ ਮੈਡੀਸਨ ਹੋਰ ਹੁੰਦੀ ਹੈ, ਮੇਨਟੇਨੈਂਸ ਮੈਡੀਸਨ ਹੋਰ ਹੁੰਦੀ ਹੈ, ਫਿਰ ਉਹ ਮੈਡੀਸਨ ਨੂੰ ਡਿਕਲਾਈਨ ਕੀਤਾ ਜਾਂਦਾ। ਐਂਡ ਇਟ ਆਲ ਮੈਟਰਸ ਟੂ ਅ ਡਾਕਟਰ ਹੂ ਹੈਜ਼ ਟੂ ਅਵੈਲੂਏਟ, ਜਿਹਨੇ ਪਹਿਲੀ ਸਟੇਜ ਵੀ ਦੇਖੀ ਹੋਏ, ਜਿਹੜਾ ਅੱਜ ਵੀ ਸਟੇਜ ਦੇਖ ਰਿਹਾ ਹੋਏ, ਜਿਹੜਾ ਇਹ ਵੀ ਪ੍ਰੋਟੈਕਟ ਕਰ ਸਕੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਪਰ ਇਹ ਮੈਡੀਸਨ ਦੇ ਨਾਲ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਜੁੜੀ ਹੈ ਉਹ ਕਾਉਂਸਲਿੰਗ। ਅੱਛਾ, ਹੁਣ ਜਦੋਂ ਤੁਸੀਂ ਦੇਖੋ ਪੇਸ਼ੈਂਟ ਦਾ ਫਸਟ ਸਟੈਪ ਕੀ ਹੋਏਗਾ, ਪੇਸ਼ੈਂਟ ਦਾ ਫਸਟ ਸਟੈਪ ਹੋਏਗਾ ਕਿ ਵੈਨ ਹੀ ਵਿਲ ਫੀਲ ਕਿ ਹੀ ਇਜ਼ ਨਾਟ ਗੈਟਿੰਗ ਦੈਟ ਮੈਡਨੈਸ ਮੈਡ ਹਾਈ, ਉਹਨੂੰ ਆਪਣੀ ਨੋਰਮਲ ਲਾਈਫ ਜਿਹੜੀ ਇੰਝ ਲੱਗੇਗੀ ਕਿ ਮੈਨੂੰ ਇਹਨਾਂ ਨੇ ਸਲੋ ਕਰਤਾ। ਇਨਫੈਕਟ ਅਸੀਂ ਸਾਰੇ ਸਲੋ ਹਾਂ, ਦੇਖਿਆ ਜਾਏ ਤਾਂ ਅਸੀਂ ਸਾਰੇ ਐਫਰਟ ਲਾ ਕੇ ਫੇਰੇ ਉੱਠਦੇ ਹਾਂ, ਐਫਰਟ ਲਾ ਕੇ ਨਹਾਉਣ ਜਾਂਦੇ ਹਾਂ, ਐਫਰਟ ਲਾ ਕੇ ਤਿਆਰ ਹੁੰਦੇ ਹਾਂ। ਕਿਹੜਾ ਕੋਈ ਸਾਡੇ ਅੰਦਰ ਕੋਈ ਬਿਜਲੀਆਂ ਚਮਕਦੀਆਂ ਹੁੰਦੀਆਂ ਵੀ ਅਸੀਂ ਫਟਾਫਟ ਜਾ ਕੇ 10 ਵਾਰੀ, ਅਸੀਂ 9 ਵਜੇ ਮੇਰੀ ਮੀਟਿੰਗ ਹੁੰਦੀ ਹੈ, ਮੈਂ 8 ਵਜੇ ਤੱਕ ਫੂਕ ਦਾ ਅੱਜ ਰਹਿਣ ਦਿੰਦੇ ਹਾਂ, ਬੜਾ ਸਟਾਫ ਹੈ ਉੱਥੇ, ਅੱਜ ਉਹ ਮੀਟਿੰਗ ਕਰ ਲਾਂਗੇ 8:30 ਤੱਕ। ਮੈਂ ਕਹਿੰਦਾ ਯਾਰ ਨਹੀਂ, 8:30 ਵਜੇ ਵੀ ਮੈਂ ਕਹਿੰਦਾ ਨਹੀਂ 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 ਮੈਨੂੰ ਫਿਕਰ ਲੱਗ ਜਾਂਦਾ। ਸੋ ਹੁਣ ਫਿਕਰ ਕੀ ਚੀਜ਼ ਹੈ, ਫਿਕਰ ਮੇਰੇ ਵਾਸਤੇ ਪੋਜ਼ਿਟਿਵ ਹੈ ਕਿ ਮੇਰੇ ਬੱਚੇ ਉੱਥੇ ਬੈਠੇ ਹੈ, ਜੇ ਮੈਂ ਉੱਥੇ 9 ਵਜੇ ਨਹੀਂ ਪਹੁੰਚਾਂਗਾ ਤਾਂ ਉਹਨਾਂ ਦਾ ਦਿਨ ਦਾ ਆਗਾਜ਼ ਠੀਕ ਨਹੀਂ ਹੋਏਗਾ। ਸੋ ਮੈਨੂੰ ਫਿਕਰ ਲੱਗ ਗਿਆ, ਮੈਨੂੰ ਆਪਣੇ ਬੱਚਿਆਂ ਦੇ ਉਹ ਫੇਸਿਸ ਯਾਦ ਆਉਣ ਲੱਗ ਪੈਂਦੇ ਆ, ਫਿਰ ਮੈਨੂੰ ਪੇਰੈਂਟਸ ਦੇ ਆਉਂਦੇ, ਪੇਰੈਂਟਸ ਨੇ ਮੇਰੇ 'ਤੇ ਕਿੰਨਾ ਟਰੱਸਟ ਕੀਤਾ, ਅਤੇ ਫਿਰ ਮੈਂ ਉਹ 9 ਵਜੇ ਤੱਕ ਪਹੁੰਚ ਜਾਂਦਾ ਪੂਰੇ, ਰਾਈਟ। ਸੋ ਇਹਦਾ ਮਤਲਬ ਹੈ ਕਿ ਇਹ ਮੇਰੇ ਵਾਸਤੇ ਕੰਮ ਕਰਦੀਆਂ ਚੀਜ਼ਾਂ। ਹੁਣ ਉਹਦੇ ਵਾਸਤੇ ਹੈ ਕਿ ਡੋਪਾਮੀਨ ਦਾ ਲੈਵਲ ਠੀਕ ਹੋਣਾ ਚਾਹੀਦਾ ਤਾਂ ਕਿ ਮੈਨੂੰ ਇਹ ਸਾਰੀਆਂ ਚੀਜ਼ਾਂ ਹੋਣ। ਪਰ ਇਹ ਹੈ ਕਿ ਮੈਨੂੰ ਐਂਗਜ਼ਾਇਟੀ ਹੁੰਦੀ ਹੈ ਅਤੇ ਮੈਂ ਪਹੁੰਚਦਾ ਨਾ। ਅਸੀਂ ਜਿਹੜੇ ਪੇਸ਼ੈਂਟਸ ਆ ਨਾ, ਅਸੀਂ ਸੋਚਦੇ ਹਾਂ ਕਿ ਐਂਗਜ਼ਾਇਟੀ ਤੋਂ ਬਗੈਰ ਬੇਚੈਨੀ ਹੋਏ ਹੀ ਨਾ ਕਦੇ, ਮਤਲਬ 0 ਬੇਚੈਨੀ ਸਾਰੀ ਉਮਰ ਵਾਸਤੇ। ਅਸੀਂ ਬਿਲੀਵ ਨਹੀਂ ਕਰਦੇ ਕਿ ਪਲ ਆਉਂਦੇ ਆ ਖੁਸ਼ੀ ਦੇ, ਅਸੀਂ ਬਿਲੀਵ ਕਰਦੇ ਹਾਂ ਕਿ ਧਮਾਕੇ ਹੀ ਵੱਜਦੇ ਆ ਬਸ, ਜ਼ਿੰਦਗੀ ਹੁੰਦੀ ਧਮਾਕੇਦਾਰ। ਉਹ ਫਿਰ ਜਿਹੜੀ ਧਮਾਕੇਦਾਰ ਜ਼ਿੰਦਗੀ ਹੈ ਨਾ, ਉਹਦੇ ਆਪਣੇ ਬੜੇ ਰਿਜ਼ਲਟਸ ਹੁੰਦੇ ਆ, ਉਹ ਲਾਈਫ ਸ਼ਾਰਟ ਕਰ ਦਿੰਦੀ ਹੈ, ਬ੍ਰੇਨ ਡੈਮੇਜ ਕਰ ਦਿੰਦੀ ਹੈ, ਅਤੇ ਬ੍ਰੇਨ ਦੇ ਵਿੱਚ ਉਹ ਯਾਦਾਸ਼ਤ ਜਿਹੜੀ ਉਹ ਖਰਾਬ ਕਰਦੀ ਰਹਿੰਦੀ ਇਨਸਾਨ ਨੂੰ, ਅਤੇ ਉਹ ਸਾਰੀ ਉਮਰ ਜਿਹੜੀ ਅਸਲੀ ਜ਼ਿੰਦਗੀ, ਜਿਹੜੀ ਨੇਚਰ ਆਫ ਲਾਈਫ ਹੈ, ਉਹਨੂੰ ਇੰਜੋਏ ਹੀ ਨਹੀਂ ਕਰ ਸਕਦੇ, ਨੋਰਮਲ ਲਾਈਫ ਨੂੰ ਇੰਜੋਏ ਨਹੀਂ ਕਰ ਸਕਦੇ। ਹੁਣ ਇਸ ਕਰਕੇ ਸਾਡੇ ਪੇਸ਼ੈਂਟ ਬਹੁਤ ਜ਼ਿਆਦਾ ਖੁਸ਼ਹਾਲ, ਐਕਟਿਵ ਅਤੇ ਤੁਹਾਨੂੰ ਸਮਾਰਟ ਨਹੀਂ ਲੱਗਦੇ ਕਿ ਲੈ ਬਈ ਇਹ ਬੰਦਾ ਹੁਣ ਉਹਨਾਂ ਰਿਹਾ ਨਹੀਂ ਐਕਟਿਵ, ਪਰ ਸਾਨੂੰ ਉਹ ਐਕਟੀਵਿਟੀ ਨਹੀਂ ਚਾਹੀਦੀ, ਸਾਨੂੰ ਨੋਰਮਲ ਐਕਟੀਵਿਟੀ ਚਾਹੀਦੀ ਹੈ, ਰਾਈਟ। ਹੁਣ ਜਦੋਂ ਸਾਡਾ ਪੇਸ਼ੈਂਟ ਰਿਲੈਪਸ ਹੋਣ ਲੱਗੇਗਾ ਨਾ, ਉਹਦੇ ਕੁਝ ਸਾਈਨਸ ਹੋਣਗੇ, ਰਿਲੈਪਸ ਹੋਣ ਦੇ ਸਾਈਨ। ਸਭ ਤੋਂ ਪਹਿਲਾਂ ਤਾਂ ਉਹਨੂੰ ਮੈਡੀਕੇਸ਼ਨ ਨਹੀਂ ਚੰਗੀ ਲੱਗੇਗੀ, ਐਂਡ ਹੀ ਵਿਲ ਬੀ ਫੈਡ ਅਪ ਆਫ ਦਾ ਮੈਡੀਕੇਸ਼ਨ, ਮੈਂ ਬੋਰ ਹੋ ਗਿਆ ਖਾ ਕੇ, ਇੰਨੀਆਂ ਗੋਲੀਆਂ, ਇੰਨੀਆਂ ਦਵਾਈਆਂ, ਇੰਨਾ ਸਭ ਕੁਝ, ਇਹ ਤਾਂ ਮੈਨੂੰ ਨਸ਼ੇ ਚੜਾਏ ਅਤੇ ਦਵਾਈਆਂ ਲਾਤੀਆਂ, ਇਹ ਕਿਹੜੇ ਮੈਨੂੰ ਦਵਾਈਆਂ ਲੱਗਣੀਆਂ। ਉਹ ਇੰਨਾ ਕਨਵਿੰਸਿੰਗ ਹੀ ਉਸ ਗੱਲ ਨੂੰ ਕਰੇਗਾ, ਸਭ ਤੋਂ ਪਹਿਲਾਂ ਉਹ ਮੈਡੀਸਨ ਛੱਡੇਗਾ। ਇਹ ਸਮਝ ਲੈਣਾ ਇੱਕ ਫਸਟ ਸਟੈਪ ਹੋਏਗਾ। ਸੈਕਿੰਡ ਉਹ ਕੰਮ ਕਰੇਗਾ ਸਟਰਕਚਰ ਚੋਂ ਬਾਹਰ ਹੋਏਗਾ। ਸਟਰਕਚਰ ਮਤਲਬ ਇਹ ਸਾਰਾ ਸਾਡਾ ਸਟਰਕਚਰ, ਵੀ ਆਰ ਇਨ ਏ ਸਟਰਕਚਰ, ਇੱਥੇ ਹਰ ਚੀਜ਼ ਜਿਹੜੀ ਹੈ ਕੈਲਕੂਲੇਟਡ ਹੈ। 42 ਕਰੈਕਟਡ ਇਫੈਕਟਸ ਹੈ, 7-point ਫਾਰਮੂਲਾ, 6-point ਇਨਵੈਂਟਰੀ, 4-point ਫਾਰਮੂਲਾ, ਹਰ ਚੀਜ਼ ਜਿਹੜੀ ਹੈ ਉਹ ਮੈਥਮੈਟੀਕਲ ਹੈਗੀ ਹੈ। ਤੁਹਾਨੂੰ ਲੱਗਦਾ ਹੋਏਗਾ ਅਸੀਂ ਗੱਲਾਂ ਕਰਦੇ ਹਾਂ, ਅਸੀਂ ਮੈਥਮੈਟਿਕ ਕਰ ਰਹੇ ਹਾਂ, ਬਿਲਕੁਲ ਮੈਥਮੈਟਿਕ ਹੈ। ਸੋ ਇਹਨੂੰ ਕਹਿੰਦੇ ਹੈ ਸਟਰਕਚਰ। ਵੈਨ ਯੂ ਆਰ ਇਨ ਦਾ ਸਟਰਕਚਰ, ਯੂ ਆਰ ਲੋ ਰਿਸਕ,
ਹੋ ਗਈ ਤੇ ਜਦੋਂ ਅਸੀਂ ਮੈਡੀਸਨ ਵੀ ਛੱਡਤੀ ਤੇ ਸਟਰਕਚਰ ਵੀ ਛੱਡਤਾ ਤਾਂ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੌਣ ਰੋਕ ਸਕੇਗਾ ਇਸ ਬਿਮਾਰੀ ਤੋਂ। ਫਿਰ ਇੱਕ ਲਾਸਟ ਮੈਂ ਚੀਜ਼ ਦੱਸਦਾ, ਫਿਰ ਉਸ ਤੋਂ ਬਾਅਦ ਤੁਹਾਨੂੰ ਮੈਡਮ ਤੁਹਾਨੂੰ ਦੱਸਣਗੇ ਫੈਮਿਲੀ ਸਟਰਕਚਰ ਦਾ ਪ੍ਰੋਗਰਾਮ ਕਿ ਇਸ ਯੂਫੋਰਿਕ ਇਫੈਕਟ ਨੂੰ ਖਤਮ ਕਰਨ ਵਾਸਤੇ ਸਾਨੂੰ ਉਹਦੇ ਇਕੁਲੈਂਟ ਡਿਸਫੋਰਿਕ ਇਫੈਕਟਸ ਕਰਨੇ ਪੈਣਗੇ, ਜਿਹੜਾ ਅਸੀਂ ਤੁਹਾਨੂੰ ਕਹਿੰਦੇ ਹਾਂ ਡਾਟਾ ਇੰਟਰਵੈਂਸ਼ਨ। ਲਿਖੋ ਡਾਟਾ ਇੰਟਰਵੈਂਸ਼ਨ, ਲਿਖ ਕੇ ਤੁਸੀਂ ਆਪਣੇ ਪੇਸ਼ੈਂਟ ਦੇ ਸਾਹਮਣੇ ਪੜੋਗੇ। ਉਹਦਾ ਮਕਸਦ ਇਹ ਨਹੀਂ ਹੁੰਦਾ ਕਿ ਸਾਡੇ ਪੇਸ਼ੈਂਟ ਦੀ ਬੇਇੱਜ਼ਤੀ ਹੋਏਗੀ ਜਾਂ ਸਾਡੇ ਪੇਸ਼ੈਂਟ ਨੂੰ ਬੁਰਾ ਲੱਗੇਗਾ। ਉਹ ਤਕਲੀਫ ਜ਼ਰੂਰ ਹੋਏਗੀ ਪਰ ਉਹਦੀ ਜਾਨ ਬਚੇਗੀ। ਜਦੋਂ ਉਹਨੂੰ ਉਹ ਯੂਫੋਰੀਆ ਯਾਦ ਆਏਗਾ, ਉਹਨੂੰ ਉਹ 5-7 ਚੀਜ਼ਾਂ ਯਾਦ ਆ ਜਾਣਗੀਆਂ ਉਹਦੇ ਹਾਲਾਤ ਜਿਹੜੇ ਕਿ ਉਸ ਬਿਮਾਰੀ ਦੇ ਕਰਕੇ ਉਹਨੇ ਫੇਸ ਕੀਤੇ ਆ। ਸੋ ਉਹਦੇ ਨਾਲ ਕੀ ਹੋਏਗਾ ਕਿ ਉਹਦੀ ਉਹਦਾ ਜਿਹੜਾ ਯੂਫੋਰਿਕ ਇਫੈਕਟ ਹੈ ਉਹਨੂੰ ਕਾਊਂਟਰ ਇਫੈਕਟ ਮਿਲ ਜਾਏਗਾ ਅਤੇ ਉਹ ਗਲਤੀ ਨਹੀਂ ਕਰ ਪਾਏਗਾ ਅਤੇ ਉਸ ਵੇਲੇ ਉਹਨੂੰ ਬੜੀ ਰਾਹਤ ਮਿਲੇਗੀ। ਹੁਣ ਜਿਹੜੇ ਅਸੀਂ ਡਾਟਾ ਇੰਟਰਵੈਂਸ਼ਨ ਦੇ ਪੁਆਇੰਟ ਆ, ਅਸੀਂ ਕਹਿੰਦੇ ਹਾਂ ਕਿ ਫੈਮਿਲੀ ਵੀ ਅਤੇ ਪੇਸ਼ੈਂਟ ਵੀ ਇੱਥੇ ਜੇਬ 'ਚ ਰੱਖੋ, ਸੋ ਦੈਟ ਜਦੋਂ ਵੀ ਉਹਨੂੰ ਕੋਈ ਟ੍ਰਿਗਰ ਲੱਗੇ ਉਹ ਫਟਾਫਟ ਪੜ ਲਏ। ਓਵਰਡੋਸ, ਵੈਂਟੀਲੇਟਰ, ਡੈਥ, ਕਾਰ ਐਕਸੀਡੈਂਟ, ਇਹ ਇੰਨੇ ਬੰਦੇ ਥੱਲੇ ਆ ਗਏ, ਇੰਨੇ ਕੇਸ ਚੱਲੇ, ਇੰਨਾ ਨੁਕਸਾਨ ਹੋਇਆ, ਇੱਥੇ ਬੇਇੱਜ਼ਤੀ ਹੋਈ। ਇਹ 5-10 ਪੁਆਇੰਟ ਯਾਦ ਰੱਖਣੇ ਬਹੁਤ ਇੰਪੋਰਟੈਂਟ ਹੈ। ਇੰਨੀ ਜਲਦੀ ਹੋਣੀ ਚਾਹੀਦੀ ਹੈ ਕਿ ਬੰਦਾ ਕੋਈ ਨਾ ਸੋਚੇ ਕਿ ਮੇਰੇ ਬ੍ਰੇਨ 'ਚ ਰਹਿਣਗੇ ਨਾ। ਯੂਫੋਰੀਆ ਇੰਨੀ ਵੱਡੀ ਚੀਜ਼ ਹੈ ਕਿ ਉਹਦਾ ਡਿਸਫੋਰਿਕ ਕਾਊਂਟਰ ਕਰਨ ਵਾਸਤੇ ਤੁਹਾਡੇ ਪੋਕਿਟ 'ਚ ਹੋਣਾ ਚਾਹੀਦਾ। ਐਂਡ ਆਲ ਦੋਜ ਵਰਸਟ ਮੂਮੈਂਟ ਜਿਹਨਾਂ 'ਚ ਤੁਹਾਨੂੰ ਤਕਲੀਫ ਹੋਈ ਹੈ, ਜਿਹ 'ਚ ਤੁਹਾਡਾ ਨੁਕਸਾਨ ਹੋਇਆ, ਤਕਲੀਫ ਹੋਈ ਹੈ, ਨੁਕਸਾਨ ਹੋਇਆ, ਹਾਂ ਬਹੁਤ ਔਖਾ ਕੰਮ ਹੈ ਫੈਮਿਲੀ ਵਾਸਤੇ ਇਹ ਕਹਿਣਾ ਕਿ ਆਹ ਚੀਜ਼ਾਂ ਤੈਨੂੰ ਹੋਈਆਂ, ਫੈਮਿਲੀ ਦਾ ਦਿਲ ਡਰਦਾ ਲਿਖਣ ਲੱਗਿਆ। ਪਰ ਅਸੀਂ ਇੱਕ ਸਾਇੰਟਿਫਿਕ ਪ੍ਰੋਗਰਾਮ ਬਣਾਇਆ ਜਿਹਦੇ 'ਚ ਅਸੀਂ ਇਹ ਲਿਖਾਉਂਦੇ ਹਾਂ, ਫਿਰ ਅਸੀਂ ਉਹਦਾ ਸਕ੍ਰਿਪਟ ਕਰਦੇ ਹਾਂ, ਫਿਰ ਰੀਆਈਟਿੰਗ ਕਰਦੇ ਹਾਂ, ਫਿਰ ਤੁਹਾਨੂੰ ਦੱਸਦੇ ਹਾਂ ਫਿਰ ਤੁਸੀਂ ਕੀ ਲਿਖਣਾ ਤਾਂ ਕਿ ਸਾਡੇ ਪੇਸ਼ੈਂਟ ਨੂੰ ਫਾਇਦਾ ਹੋਵੇ, ਨੁਕਸਾਨ ਨਾ। ਸੋ ਇਹ ਸਾਰੀ ਇੱਕ ਸਟੋਰੀ ਮੈਂ ਤੁਹਾਨੂੰ ਦੱਸੀ ਹੈ ਜਿਹਦੇ 'ਚ ਤੁਹਾਡੇ ਬਹੁਤ ਸਾਰੇ ਕੁਐਸਚਨ ਆਨਸਰ ਹੋ ਜਾਣਗੇ। ਵਾਈ ਮੈਡੀਸਨ, ਵਾਈ ਕਾਉਂਸਲਿੰਗ, ਵਾਈ ਸਟਰਕਚਰ, ਵਾਈ ਇੱਥੇ ਜੁੜੇ ਰਹਿਣਾ, ਵਾਈ ਸਾਡੇ ਪੇਸ਼ੈਂਟ ਨੂੰ ਟ੍ਰਿਗਰ ਕਦੀ ਵੀ ਨਹੀਂ ਫੇਸ ਕਰ ਸਕੇਗਾ, ਕਦੋਂ ਤੱਕ, ਇਹ ਸਾਰੀਆਂ ਚੀਜ਼ਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ। ਹੁਣ ਤੁਸੀਂ ਦੇਖੋ ਕਿ ਜੇ ਨੰਬਰ 1 ਪ੍ਰਾਇਓਰਟੀ ਤੁਹਾਡੀ ਆਪਣੇ ਬੱਚੇ ਨੂੰ ਬਚਾਉਣਾ ਹੈ ਤਾਂ ਫਿਰ ਤੁਹਾਡੇ ਚੋਇਸਿਸ ਕੀ ਹੋਣਗੀਆਂ, ਅਤੇ ਜੇ ਤੁਹਾਡੀ ਪ੍ਰਾਇਓਰਟੀ ਨੰਬਰ 1 ਕੁਛ ਹੋਰ ਹੈ, ਜ਼ਿੰਦਗੀ ਦਾ ਕੋਈ ਹੋਰ ਮਕਸਦ ਹੈ, ਤਾਂ ਸ਼ਾਇਦ ਤੁਸੀਂ ਫਿਰ ਇਸ ਪ੍ਰੋਗਰਾਮ ਨੂੰ ਨਾ ਕਰ ਸਕੋ। ਇਸ ਕੋ ਨਾ ਬੋਲਤੇ ਹੈ, ਇੱਕ ਸਾਇੰਟਿਫਿਕ ਟਰਮ ਹੈ, ਇਸ ਕੋ ਬੋਲਤੇ ਹੈ ਡਿਟੈਚਡ ਅਟੈਚਮੈਂਟ। ਹਮਨੇ ਅਟੈਚਮੈਂਟ ਰੱਖਣੀ ਹੈ ਲੇਕਿਨ ਜਬ ਚਾਹੇ ਹਮ ਡਿਟੈਚ ਹੋ ਸਕੇ। ਜੈਸੇ ਆਪ ਮਤਲਬ ਅਕਸਰ ਹਮ ਲੋਕੋ ਕੋ ਕਹਤੇ ਹੈ ਕਿ ਪੇਰੈਂਟਸ ਕੋ ਕਹਤੇ ਹੈ ਕਿ ਆਪਣੇ ਜਬ ਆਪ ਪੇਸ਼ੈਂਟ ਕਾ ਟ੍ਰੀਟਮੈਂਟ ਹਮਾਰੇ ਪਾਸ ਛੋੜਤੇ ਹੋ ਤੋ ਫਿਰ ਜਬ ਤੱਕ ਥੋੜ੍ਹਾ ਸਾ ਪੇਸ਼ੈਂਟ ਸਟੇਬਲ ਹੋ ਜਾਤਾ ਹੈ ਫਿਰ ਜਾ ਕੇ ਆਪਣਾ ਕਾਮ ਕਰੇ, ਫਿਰ ਆਪਣੇ ਜੋਬ ਪੇ ਵੀ ਜਾਏ, ਫਿਰ ਆਪਣਾ ਨੋਰਮਲ ਕੋਰਸ ਆਫ ਐਕਸ਼ਨ ਰੱਖੇ, ਯੇ ਨਾ ਕਰੇ ਕਿ ਘਰ ਜਾ ਕੇ ਆਪ ਬੈਠ ਜਾਏ। ਇਸ ਕੋ ਬੋਲਤੇ ਡਿਟੈਚ ਅਟੈਚਮੈਂਟ ਕਿ ਕਮ ਸੇ ਕਮ ਆਪ ਸਾਰੇ ਕੰਮ ਕਰੇ, ਜੈਸੇ ਆਪ ਕਹਿ ਰਹੇ ਪੈਸਾ ਵੀ ਅਰੇਂਜ ਕਰਨਾ ਹੈ, ਮਨੀ ਵੀ ਲੈਣੀ ਹੈ, ਸਭ ਕੁਛ ਹੈ, ਯੇ ਡਿਟੈਚ ਅਟੈਚਮੈਂਟ ਕਹਿ ਕੇ ਜਬ ਆਪਨੇ ਆਪਣਾ ਕੰਮ ਕਰ ਲਿਆ ਫਿਰ ਆਪ ਆਪਣਾ ਕੰਮ ਕਰੇ, ਫਿਰ ਆਪ ਜੋ ਟਾਈਮ ਆਪ ਪੇਸ਼ੈਂਟ 'ਚ ਦੂਰ ਹੈ ਨਾ, ਫਿਰ ਉਸ ਤੋਂ ਕੁਆਲਿਟੀ ਟਾਈਮ ਮੈਂ ਯੂਜ਼ ਕਰੇ। ਕੁਆਲਿਟੀ ਟਾਈਮ ਮੈਂ ਕਿਆ ਹੋਗਾ, ਪਹਿਲੇ ਤੋਂ ਆਪ ਆਪਣੇ ਲਈ ਕੰਮ ਕਰੇ, ਆਪਣੀ ਸਿਹਤ ਦਾ ਧਿਆਨ ਰੱਖੇ, ਫਿਰ ਆਪਣੇ ਉਸ ਟਾਈਮ ਕੋ ਇੰਜੋਏ ਕਰਨੇ ਕੀ ਕੋਸ਼ਿਸ਼ ਕਰੇ, ਕਿਉਂਕਿ ਇਟ ਇਜ਼ ਨੋਟ ਈਜ਼ੀ, ਆਪਣੇ ਆਪਕਾ ਪੇਸ਼ੈਂਟ ਅੰਡਰ ਟ੍ਰੀਟਮੈਂਟ ਹੈ, ਆਪ ਉਸਕੇ ਬਾਰੇ ਮੈਂ ਫਿਕਰ ਕਰ ਕਰਕੇ ਬੇਹਾਲ ਹੋ ਗਏ, ਖਰਾਬ ਹੋ ਗਏ, ਅਬੀਕ ਹੋ ਗਏ, ਮੈਂਟਲੀ ਅਪਸੈਟ ਹੋ ਗਏ, ਤੋ ਹਮੇ ਕੌਣ ਸਾ ਕੱਲ ਕੱਲ ਕੋ ਹਮੇ ਕੌਣ ਮਿਲੇਗਾ ਜੋ ਹਮਾਰੇ ਸਾਥ ਜੁੜ ਕੇ ਆਪਣੇ ਪੇਸ਼ੈਂਟ ਨੂੰ ਠੀਕ ਕਰੇਗਾ। ਤੋ ਉਸ ਲਈ ਹਮ ਕਹਿਤੇ ਹੈ ਕਿ ਜਬ ਆਪ ਡਿਟੈਚ ਹੋ, ਆਪਨੇ ਇੱਕ ਸਵਿੱਚ ਔਨ ਕੀਆ,
तो लाइट आ गई, आपने स्विच ऑफ कर दिया तो अब लाइट चली गई। अब लाइट चली गई तो अब जाके कोई और काम कर ली ना, सो जाए, कुछ भी कर ली। लेकिन एक जब मर्जी आप चाहें कि लाइट ऑन कर दें, जब मर्जी आप चाहें कि अपने आप को ऑफ कर लें, ये एक डिटैच अटैचमेंट है जो कि स्किल है। एक दिन में नहीं आएगी, मे बी इट विल टेक 6 months, मे बी इट विल टेक 1 year, बट इट इज ए ट्रेनिंग एंड इट इज ए नेसेसिटी फॉर, ये और कोई मतलब लग्जरी नहीं है, ये तो इम्पॉर्टेंट है। तो आप अपने काम करते करते, अपनी लाइफ को जीते जीते, आप अपने पेशेंट को ज्यादा अच्छी से नर्चर कर सकते हैं। अगर आप फिक्र ही लगा के बैठे रहोगे ऑल द टाइम, यू आर अपसेट कि ये ना हो जाए, ये ना हो जाए, रिलैप्स ना हो जाए, रिलैप्स ये ना हो जाए, तो उससे रिलैप्स के चांसेस बढ़ जाएंगे। हमारा ब्रेन ऐसा बना हुआ है, जो हम प्रडिक्ट करते रहते हैं ना, इमेजिन करते रहते हैं, ब्रेन वही काम हमसे करा लेते हैं। अब अगर हम एक्सीडेंट्स का इमेजिन करते हैं तो एक्सीडेंट के चांसेस बढ़ जाते हैं। अगर हम ओवरडोज का इमेजिन करते हैं तो ओवरडोज के चांसेस बढ़ जाते हैं। आप ये देखिए आपने क्या इमेजिन करना है, क्योंकि आप इमेजिन जब करते हैं तो वो ब्रेन का इमेजिन करते सार ही हमारा ब्रेन वही काम करने शुरू हो जाता है, एंटिसिपेट करना शुरू हो जाता है, तो वो उस तरीके से कम करना शुरू हो जाता है। हाँ जैसे मैडम ने पूछा अभी कि डिटैच अटैचमेंट, नो डाउट अभी बहुत अर्ली है, शी इज अर्ली इन द प्रोग्राम, पर जैसे आपने भी बताया कि डिटैच अटैचमेंट बहुत स्लो प्रोसेस है, जो मैंने पर्सनली फील किया कि जब मैंने अपनी पेशेंट की बीमारी को ग्रेसफुली एक्सेप्ट किया, अपने पेशेंट को ग्रेसफुली एक्सेप्ट किया और इसको एक पार्ट एंड पार्सल ऑफ अपना लाइफ बनाया कि ये मेरा एक पेशेंट है, और ये नहीं है कि मैं उसको हमेशा पेशेंट, पता है वही इनिशियली बहुत मुश्किल होती है कि आपको अपना पेशेंट और अपना बेटा या अपना पेशेंट या अपनी वाइफ जो भी है रिलेशन है उसको सेपरेट आउट करना, पर जब आप इन दोनों को जैसे स्विच ऑन स्विच ऑफ आपने बोला ना, जब आप स्विच ऑन स्विच ऑफ करना सीख जाते हो या ग्रेजुअली अपनी लाइफ में ले आते हो, फिर डिटैच है। जैसे अगर सपोज मैं आई हूँ, घर आई हूँ और मैंने देखा मेरा पेशेंट लेटा हुआ है, तो इनिशियली अगर मैं एज ए मदर सोचू ओ लै इतने आके सो गया हूँ, फिर हाँ डेफिनेटली आएगा, कभी देखो आके राती पूरा सुता सी 8-9 घंटे, तो हूं आके फिर सो गया। लेकिन जब मैं एज ए पेशेंट देखूं तो नहीं, ही हैज डन हिज वेरी गुड जॉब, सवेरे 8 बजे तो 3 बजे तक काफी एफर्ट लगा के आया है, जो ओदे वास्ते ओदी कैपेसिटी तो कितने ज्यादा है। हाँ जो तो मैं उस तरह दिमाग च लियावा तो इमीजिएटली आई नो कि ही नीड्स रेस्ट, इज लाइंग डाउन बिकॉज ही नीड्स रेस्ट, तो वो क्या हो गया, वो डिटैच्ड अटैचमेंट होगी ना मेरी, एक अटैचमेंट है लेकिन मैं उस वे से अटैच हूँ कि मैं उसको अभी एज अ सन नहीं देख रही हूँ, एज अ पेशेंट देख रही हूँ। तो ये मैंने देखा कि ये जो प्रोसेस है ना थ्रू आउट द डे चलता रहता है और वो ग्रेजुअली, यू आर वेरी ट्रू कि वो ग्रेजुअली आता है, पर लेकिन उसके लिए फैमिली को पहले अपने अंदर सहजे से आराम से एक्सेप्ट करना पड़ेगा कि यस एक डिजीज है। जैसे सर ने इनिशियली मुझे याद है जब मैं बैठी थी तो बोला था कि अपने कार्ड लगा लो कि साढ़े घर एक मेंटल हेल्थ का मेंटल डिसऑर्डर का पेशेंट हैगा, और वो चीज़ सर मैंने तो बहुत हेल्प की थी, दैट इज व्हाट आई वांटेड टू टॉक अबाउट दैट, थैंक यू। हाँ जी, सोचे मतलब बहुत आगे तक की बहुत सोचे मुझे
आती है, फिर मेरे को मतलब फिर मैं अपने आप को खुद को ही बोलती हूँ कि बहुत ज्यादा सोच रहे हो, चाहे बच्चों के रिगार्डिंग है चाहे मेरे हस्बैंड के रिगार्डिंग है, कि ये ना हो जाए वो ना हो जाए, उसको काउंटर थॉट देती हूँ, पर फिर आता है फिर काउंटर थॉट देती हूँ, तो मुझे लग रहा है मेरी खुद से बहुत ज्यादा फाइट भी चल रही है। दो दिन शायद बिल्कुल भी नहीं आएगी, फिर तीसरे दिन कुछ ऐसा होएगा, फिर मुझे आएगी, अभी मुझे बैठे बैठे आई है। व्हेन आई सीन दैट लिटिल गर्ल, मुझे मेरे बच्चों के लिए घबराहट आ रही थी कि मतलब कि दुनिया जा कहाँ रही, मतलब हो क्या रहा है इस दुनिया में। फिर मैंने अभी बैठे बैठे थॉट दिया कि जो होगा ऊपर वाला देख लेगा, मतलब फिर वापस आ, मतलब फाइटिंग टू मच विद माय थॉट्स ओनली। क्या कोई तरीका है कि मतलब ये फाइट चलती ही रहेगी? एक बात मैं आपको बताऊं, शायद आपको ये इससे थोड़ा सा रिलीफ मिले, कि हमारे पास जो सबसे प्रेशियस चीज इस टाइप पे है वो है टाइम। ठीक है, जितनी देर आपके पास टाइम है ना, तो आप सोचें कि आपके पास दुनिया का सब कुछ है, और इसको हेयर एंड नाउ में मतलब बेस्ट पॉसिबल क्वालिटी टाइम यूज करें, वेयर एवर यू आर, विद हुम यू आर, व्हाट एवर यू आर डूइंग, एंड उसको फ्यूचर पास्ट के रिग्रेट्स और फ्यूचर के वरी में ना डिल्यूट होने दें। ये क्वालिटी टाइम आपको दोबारा से नहीं मिलेगा। इसके पीछे बहुत बड़ी फिलॉसफी है कि टाइम का होना क्या मतलब है। मैं नहीं कहूंगा कि टाइम किसके पास जब नहीं होता तो फिर पता चलता है कि टाइम कितना इम्पोर्टेंट था और कैसे हमने वेस्ट किया फिक्रों में, एप्रीहेंशन में, जो चीजें कभी होनी भी नहीं थी, लेकिन हमने क्यों किया, क्योंकि वी कंसिडर आवरसेल्फ के वी आर गॉड एंड हमारे फिक्र करने से चीजें ठीक हो जाएंगी। ये बिलीफ सिस्टम अगर हम अपनी जिंदगी से निकाल दें कि हमारे फिक्र करने से कुछ ठीक नहीं होगा, ठीक होगा तो ट्रीटमेंट से होगा, अगर हम यहाँ पे क्वालिटी टाइम अपना नहीं कर रहे ना, मतलब आज हमारे हाथ में क्या है, आज हमारे हाथ में क्या है कि हम यहाँ पे बैठे हैं, आप बैठे हैं ना यहाँ पे, ये आपका टाइम है, जो क्वालिटी टाइम ही आप यहाँ पे बिता रहे, टाइम नहीं क्वालिटी टाइम। कुछ लोग हैं जो वो टाइम टाइम काट रहे हैं, मतलब पुरानी चीजें सोच रहे हैं, नई चीजें फ्यूचर सोच रहे हैं, तो आप यहाँ का क्वालिटी टाइम जो वेस्ट कर रहे हो ना, इसका मुआवजा, इससे कल को नुकसान होने का डर है। तो आपके पास जो सबसे प्रेशियस चीज है ना, इसको नंबर वन प्रायोरिटी पे रखें, कि आपके घर में एक बीमारी है पर आपके पास एक अपॉर्चुनिटी है, एंड दैट अपॉर्चुनिटीज के अभी टाइम खत्म नहीं हुआ, अभी आपके पास टाइम। तो दिस इज माय आंसर टू योर क्वेश्चन, कि जब भी आपके पास ऐसा कुछ आए कि क्या होगा, कैसे होगा, रिलैप्स तो नहीं होगा, ये तो नहीं होगा, वो तो नहीं होगा, आप सोचें आज के दिन मैं बैठा हूँ ना, ये मेरा क्वालिटी टाइम, इससे बढ़िया टाइम ना मैंने जिंदगी में आना है, ना आएगा ना आना है। हाँ, ये टाइम अगर आपको क्वालिटी टाइम बिताना आ गया ना, क्वालिटी टाइम का समझते हैं ना, when you are making you it useful, when you are learning something, when you are learning new skills, when you are getting experience of something which you were confused, ye quality time hai aapka. Agar hum is time ko itna maan le ki is time pe maine 100% concentration ke sath ye baat sunni hai aur meeting attend karni hai, to results bahut badhiya aate hain. Agar aap 50% ke sath sun rahe ho to result
कम हो जाएंगे। अगर आप 25% सुनते हो तो फिर आपके चांसेस ऑफ कम होते जाएंगे। अगर आप 5 चीजें या 4 चीजें कर रहे हो तो फिर तो आप सोचो कि आप बर्बादी ही कर सकते हो, आप कोई भी चीज किसी चीज की हीलिंग नहीं कर सकते, आप सिर्फ एंड सिर्फ उस बीमारी में और मतलब इसको खराब कर सकते हो अगर आप 5 चीजें कर रहे हो। तो अगर आपके पास ये टाइम, उसको क्वालिटी टाइम नहीं कहते, वो टाइम वेस्टर्स है, वरी इज अ टाइम वेस्टर, ये सब चीजें। तो आपने हर टाइम पे अपने आप को ये कहना है कि मैं यहाँ पे बैठा हूँ, ये मेरी जिंदगी का सबसे गोल्डन पीरियड है, इससे बेटर गोल्डन पीरियड कोई नहीं आना हूँ। अगर आप ये बैठते हैं कि हाँ कल बच्चा ठीक हो जाएगा फिर मेरा गोल्डन पीरियड आएगा, तो गोल्डन पीरियड तो ये है जिसमें आप कर रहे हैं। तो अगर आप अपने आप को एक मैसेज देंगे कि मेरे पास लै दे कि क्या है टाइम, अगर टाइम नहीं है ना किसी के पास तो वो गरीब है, उसको आस छोड़नी चाहिए कि ये बीमारी फिर उसको नहीं छोड़ेगी। अगर आपके पास टाइम, अगर आपके पास टाइम है तो आपके पास सब कुछ। आप बताएं सर, आपने सिखाया है कि यू आर द राइटर ऑफ योर स्टोरी है ना, यहाँ पे आपने हमें अपना नैरेटिव चेंज करना सिखाया है। हम सब यहाँ पे विक्टिम बनकर आए थे और अब हमारी स्टोरी में विलन तो है ही है, पर अब नैरेटिव ये चेंज करना है कि हमने अपनी स्टोरी का हीरो बन, हमने अपनी स्टोरी का हीरो बनना है। हम दूसरों से आस ना लगाएं, इंक्लूडिंग अवर पेशेंट। हमारी स्टोरी का नैरेटिव ही चेंज तब होना है जब फोकस अपने ऊपर होना है, जब हम अपनी खुशियां, अपने पीस का आस किसी और को देते हैं तो वी आर इन अ वेरी सॉरी स्टेट। ठीक है ना, क्योंकि हमारी स्टोरी का जो पेन है, जो हमारी जर्नी का इंजन है, वो हमने किसी और को बिठा दिया उस ड्राइवर सीट पे। तो यहाँ पे बैठ के आप अपनी स्टोरी के नैरेटिव में खुद हीरो बन, अपनी स्टोरी लिखना शुरू करो। यू आर राइटिंग अ गुड स्टोरी। ठीक है, इसको बेटर कर सकते हो कि बहुत पीछे से हम धीरे धीरे आगे आ सकते हैं। और अपनी स्टोरी के नैरेटिव को आप चेंज करो, दूसरों के ऊपर आस लगाना बंद कर दो। आई थिंक दैट वर्क्स। ये जो पेनफुल एक्सेप्टेंस है, ग्रेटफुल मतलब ग्रेसफुल एक्सेप्टेंस है ना, इसकी स्टोरी में एक रिफॉर्मेशन है कि अगर आप अपने आप को विक्टिम के स्टांस से निकाल दोगे ना तो आप विलन के स्टांस से डिजीज को भी ऐसे लोगे कि ये कुछ जिंदगी में गॉड ने मेरे लिए कुछ अच्छा किया है इसीलिए मेरे को ये बीमारी दी है, तो फिर आपकी ग्रेसफुल एक्सेप्टेंस और बढ़ जाएगी। शायद हमने ये प्रोग्राम सीख के वो चीज़ें सीख लेनी है जो जिंदगी में लोगों को कभी पता नहीं चलनी और उनकी लाइफ हमेशा से ही थर्ड क्लास रहनी है, और इससे इस प्रोग्राम को सीख आए तो हम पेशेंट के लिए और हमारी खुद की लाइफ फर्स्ट क्लास हो जाए, तो ये एक अपॉर्चुनिटी नहीं है। जरूर बोले, बातें करें, जरूर करें, ये बहुत इंपॉर्टेंट प्लेटफॉर्म है, आप सब करें। सर मुझे जैसे बोला ना, मुझे सोशल सेक्टर में जैसे कि हम काम करते हैं, यहाँ आने के बाद हमने इसको इस तरीके से लिया कि कहीं पे कुछ चीजें मिसिंग थी मेरे लेसन में सोशल सर्विस में देने के लिए, और वो सारी चीजें हम यहाँ पर लर्न कर रहे हैं सोसाइटी को आगे सर्व करने के लिए। तो मेरे दिमाग में सब यही बात आई कि हमने बहुत सी चीजें कहीं कुछ मिस किया है और गॉड ने मुझे अपॉर्चुनिटी दी है, इसलिए हम उसको लर्न कर रहे हैं और आगे फिर सोसाइटी को सर्व करेंगे उस तरीके से। बिल्कुल, बहुत इंपॉर्टेंट है। मतलब मैं आपको ये बताऊं कि इस प्रोग्राम ने सबसे ज्यादा एडवांटेज मेरे को दिया है, जो मैं बातें बोल रहा हूँ ना वो सबसे ज्यादा ध्यान से कौन सुन रहा है, जो मैं बातें सुन रहा हूँ बोल रहा हूँ, मेरे को नहीं पता कोई सुन रहा है कि नहीं सुन रहा, या किसी को कोई
सबसे ज्यादा मैं सुन रहा हूँ, तो हम जब अपनी बातें करते हैं, जब हम शेयरिंग, मैं कहता हूँ कि जो आपने लर्न किया ना 24 आवर्स में, कोशिश करें किसी ना किसी को ये चीज सिखा दे, ताकि इट बिकम पार्ट ऑफ यू। जब आप बोलते हैं ना तब भी आप सुन रहे होते हैं, तो अगर आप बोलते हैं तो आप सुनते हैं, तो आपकी ग्रोथ तो होनी ही होनी है। ये तो मतलब हो ही नहीं सकता ना कि आप, आपका ब्रेन सुनता रहे और उस पर एक्ट ना करे, उसको रियलाइज ना करे, ये चलता रहता है। तो जब आपका कहीं भी क्रेविंग आएगी किसी चीज के लिए, क्रेविंग तो ये ड्रग के लिए किसी चीज की भी आ सकती है, तो किसी की इंसल्ट करने की क्रेविंग आ जाए, तो आपने इंसल्ट इसलिए नहीं करनी क्योंकि आपका मन भी सुन रहा है कि इंसल्ट करना किसी का, किसी की बेजारी करनी, किसी को नीचा दिखाना या किसी को टॉन्ट करना भी एक करेक्टर डिफेक्ट है। तो आप कहते हैं मैं नहीं ऐसा करेक्टर डिफेक्ट नहीं, क्योंकि करेक्टर डिफेक्ट जाने से ही मेरी क्रेविंग कम होनी है, मैं क्रेविंग के साथ जिंदगी नहीं बताना चाहता। तो इससे देखें हर एक इंसान को कहीं ना कहीं अपना एक परस्पेक्टिव नजर आ रहा है जहाँ पे वो अपने आप को ठीक कर रहा है। एंड ये मैं बता दूं कि आप जितना मर्जी कोई ले लें, जितना मर्जी हमारा पेशेंट कहे मैंने नहीं ठीक होना, मैंने ये नहीं करना, अंदर से वो एक चीज उसकी चाहत है कि मैं एक दिन एक अच्छा इंसान बन जाऊं, अरे मेरे को ये क्रेविंग क्रूविंग का वाला से आपका खत्म हो जाए मेरा, ये हर कोई चाहता है, हम भी चाहते हैं वो भी चाहता है। हाँ जी सर, जैसे भी डिटैच अटैचमेंट की बात की ना, तो मतलब मेरा ये एक्सपीरियंस रहा था कि एक साल तो मुझे अपने पेशेंट के साथ इमोशनली डिटैच होने में लगा, एक साल के बाद फिर मैंने अपने आप को फिजिकली डिटैच, अभी जैसे आंटी ने बोला ना कि वो गिर ना जाए, मैं उसको कैसे छोड़ सकती हूँ, तो वो आई थिंक फिजिकल डिटैचमेंट ले रहे हैं। फिजिकल डिटैचमेंट तो सर एक स्टेज के बाद हम, क्योंकि जब मतलब एज अ फैमिली ना, पहले हम लोगों को भी ये आदत होती थी कि हम सारी उसकी पेन खुद हंडाते थे, उस तक हम उसको देते ही नहीं थे कि हाँ ये कोई प्रॉब्लम है तो आप इसको फेस करो। तो फर्स्ट मुझे लगा, मतलब मेरा ये एक्सपीरियंस है कि एक साल तो मुझे इमोशनली डिटैच होने में लगा कि हाँ ठीक है, अगर कोई प्रॉब्लम आई है या किसी तरह से कोई वीक एक्शन हुआ है, लेट ही विल कंज्यूम हिज पेन, उसमें मुझे ही नहीं कोई अपना पार्टिसिपेशन देना। और सेकेंड ईयर फिर मैंने काम किया फिजिकल डिटैचमेंट में। अब फिजिकल डिटैचमेंट में भी जैसे हम फैमिलीज को ना आदत होती है कि हम पुलिसिंग करते रहते हैं, अच्छा यहाँ, अच्छा ये वॉशरूम गए हैं, पीछे पीछे देख के आओ कुछ कर तो नहीं रहे, अकेले बैठे हैं तो देखो ये मतलब किसी तरह से, या पॉकेट्स चेक कर लेनी है ना। तो वो चीज़ सर इस प्रोग्राम की हेल्प से फैमिली सीख जाती है। तो मुझे लगा कि जैसे 1.5 से 2 साल लगता है इमोशनली और फिजिकली दोनों तरह से डिटैच होने में, अगर हम कंसिस्टेंट रहते हैं ना प्रोग्राम में, तो फिर सर वो स्किल ऑटोमेटिकली हम लोगों के साथ फिर रहती है, आ जाती है। ये रहे, अगर इस बीमारी के कॉन्सिक्वेंसेस से कोई दुनिया का इंसान सबसे ज्यादा फायदा उठा सकता है ना, तो वो हमारा पेशेंट है। एंड हम क्या करते हैं, कॉन्सिक्वेंसेस हम देते हैं और पेशेंट को वो कर रहा है जो करने देते हैं। तो आप सोचें कि मैं जब कहता हूं कि हमने अपने पेशेंट को ठीक नहीं होने देना, अगर ये ठीक भी हो गया ना, तो हमारे अंदर एक जाग जाना नीड टू बी नीडेड, तो फिर हमने उसको फिर सिक कर लेना है, क्योंकि हमारी नीड बन गई है कि हमारी जिंदगी का कॉन्सेप्ट बन गया है कि इसकी लाइफ को बचाना ही मेरी लाइफ का मिशन है। तो अगर आपने मिशन आपका चले जाएगा, आप पर्पस चले जाएगा, आप खाली हो जाओगे, आप बोर हो जाओगे,
ਤੋ ਫਿਰ ਆਪ ਕੁਛ ਇਹੋ ਜਿਹਾ ਕੰਮ ਕਰੋਗੇ ਤੁਸੀਂ ਕਿ ਤੁਸੀਂ ਦੁਬਾਰਾ ਤੋਂ ਉਹਨੂੰ ਡਰੈਗ ਕਰਕੇ ਉਸ ਡਿਜ਼ੀਜ਼ ਚ ਲੈ ਆਓਗੇ। ਮਤਲਬ ਵਿੱਚ ਲੁਕਸ ਵੈਰੀ ਅਬਸਰਡ ਕਿ ਮੈਂ ਚਾਹੁੰਦਾ ਮੇਰਾ ਬੱਚਾ ਬਿਮਾਰ ਹੋਏ, ਪਰ ਇਹ ਹੈ ਕਿ ਮੇਰੀ ਨੀਡ ਟੂ ਬੀ ਨੀਡਿਡ ਜਿਹੜੀ ਇਨਸਾਨ ਦੀ ਚੀਜ਼ ਹੈ ਨਾ, ਇਹ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ। ਨੀਡ ਟੂ ਬੀ ਨੀਡ, ਮਦਰਸ ਨੀਡ ਟੂ ਬੀ ਨੀਡਿਡ। ਮੈਂ ਤੇਰਾ ਹੋਮਵਰਕ ਕਰਕੇ ਦਿੰਦੀ ਹਾਂ, ਮੈਂ ਤੇਰਾ ਇਹ ਛੱਡ ਕੇ ਆਉਂਦੀ ਹਾਂ, ਮੈਂ ਤੈਨੂੰ ਛੱਡ ਕੇ ਆਉਂਦੀ, ਮੈਂ ਤੈਨੂੰ ਲੈ ਕੇ ਆਉਂਦੀ ਹਾਂ, ਮਤਲਬ ਆਊਟ ਆਫ ਦਾ ਵੇ ਖਾਣਾ ਇੱਥੇ ਦੇ ਕੇ ਆਉਂਦੀ, ਮੈਂ ਤੈਨੂੰ ਗਰਮ ਗਰਮ ਖਾਣਾ ਪਹੁੰਚਾ ਕੇ ਆਉਣਾ, ਠੰਡਾ ਖਾਣਾ ਨਹੀਂ ਮੇਰਾ ਬੇਟਾ ਖਾਏਗਾ। ਕਿਉਂ? ਨੀਡ ਟੂ ਬੀ ਨੀਡਿਡ, ਮਤਲਬ ਸਵੇਰੇ ਉੱਠ ਕੇ ਮਦਰਸ ਆਰ ਮੋਰ ਦੈਨ ਰੈਡੀ, ਉਹ ਉਹਨਾਂ ਦੀ ਰੈਡੀਨੈਸ ਦੇਖਣ ਵਾਲੀ ਹੈ। ਬੱਚਾ ਆਰਾਮ ਨਾਲ ਸੁੱਤਾ ਹੁੰਦਾ, ਉਹ ਬੱਚਾ ਬੱਚਾ 10 ਟਾਈਮ ਲੈਸ ਦੈਨ ਰੈਡੀ ਹੈ, ਮਾਂ 10 ਟਾਈਮ ਮੋਰ ਦੈਨ ਰੈਡੀ ਹੈ, ਕਿ ਜਿਵੇਂ ਮਾਂ ਨੇ ਜਾ ਕੇ ਉੱਥੇ ਸਿੱਖਣਾ ਹੁੰਦਾ। ਔਰ ਉਹ ਬ੍ਰੇਨ ਨੂੰ ਕੀ ਮੈਸੇਜ ਮਿਲਿਆ ਕਿ ਕੌਨਸੀਕੁਐਂਸਿਸ ਬੱਚੇ ਤੇ ਨਹੀਂ ਆਉਣ ਦੇਣੇ, ਕੌਨਸੀਕੁਐਂਸਿਸ ਸਾਰੇ ਮੈਂ ਸਾਹਮਣੇ। ਹੁਣ ਬੱਚਾ ਕਹਿੰਦਾ ਵੀ ਕੌਨਸੀਕੁਐਂਸਿਸ ਦਾ ਇੱਕੋ ਐਡਵਾਂਟੇਜ ਹੈ ਸਾਡੇ ਪੇਸ਼ੈਂਟ ਨੂੰ ਕਿ ਜੇ ਉਹਨੂੰ ਕੌਨਸੀਕੁਐਂਸਿਸ ਆਉਣਗੇ ਤਾਂ ਓਨਲੀ ਫਸਟ ਹੈਂਡ ਗੇਨਰ ਐਡਵਾਂਟੇਜ ਇਜ਼ ਫਾਰ ਦਾ ਪੇਸ਼ੈਂਟ। ਤੁਸੀਂ ਉਹਦੇ ਕੌਨਸੀਕੁਐਂਸਿਸ ਵੀ ਬੀਅਰ ਕਰੀ ਜਾਓਗੇ, ਉਹਨੂੰ ਕਦੀ ਵੀ ਫਾਇਦਾ ਨਹੀਂ ਹੋਏਗਾ। ਸੋ ਤੁਸੀਂ ਦੇਖੋ ਕਿ ਕੌਨਸੀਕੁਐਂਸਿਸ ਤੁਸੀਂ ਲੈ ਰਹੇ ਹੋ, ਮਜ਼ਾ ਉਹ ਲੈ ਰਿਹਾ। ਆਦਤ ਪੜ ਚੁੱਕੀ ਹੋਤੀ ਹੈ, ਉਹ ਇਤਨਾ ਇਸਮੇ ਡੀਪ ਚਲ ਗਿਆ ਹੋਤਾ ਹੈ ਕਿ ਉਸਕੋ ਵੋ ਸਜ਼ਾ ਵੀ ਇੱਕ ਨੋਰਮੈਲਸੀ ਦੇਤੀ ਹੈ। ਉਸਕੋ ਲਗਤਾ ਹੈ ਕਿ ਇਹ ਸਜ਼ਾ ਵਾਲੀ ਜ਼ਿੰਦਗੀ ਜੀਣੀ ਮੇਰੀ ਕਿਸਮਤ ਹੈ, ਔਰ ਮੈਨੇ ਐਸੇ ਹੀ ਸਜ਼ਾ ਵਾਲੀ ਜ਼ਿੰਦਗੀ ਜੀਤੇ ਜੀਤੇ ਇੱਕ ਦਿਨ ਖਤਮ ਹੋ ਜਾਣਾ। ਇਹ ਵੀ ਉਸਕਾ ਇੱਕ ਕਾਨਸੈਪਟ ਬਣ ਜਾਂਦਾ, ਕਿਉਂਕਿ ਉਸਨੇ ਸਜ਼ਾ ਇਤਨੀ ਪਾਈ ਹੋਈ ਹੈ, ਉਸਕੋ ਮਜ਼ਾ ਕੁਛ ਨਹੀਂ ਆ ਰਿਹਾ। ਉਹ ਸੁਬਹ ਦੁਪਹਿਰ ਸ਼ਾਮ ਰਾਤ ਸਿਰਫ ਇੱਕ ਕੰਮ ਕਰ ਰਿਹਾ ਹੈ, ਔਰ ਫੋਕਸ ਉਹਦਾ 100% ਹੋ ਜਾਏ, ਉਹਦੇ ਵਾਸਤੇ ਕੋਈ ਚੀਜ਼ ਨਹੀਂ। ਹਾਂ, ਉਹਨੂੰ ਕੌਨਸੀਕੁਐਂਸਿਸ ਆਣਗੇ ਤੇ ਉਹਨੂੰ ਉਹਦੇ ਹੌਲੀ ਹੌਲੀ ਕਰਕੇ। ਹੁਣ 100 ਡੇਜ਼ ਸਟੇ ਇਨ ਹਰਮੀਟੇਜ ਇਜ਼ ਅ ਕੌਨਸੀਕੁਐਂਸ, 100 ਡੇਜ਼ ਹਰਮੀਟੇਜ ਦੇ ਵਿੱਚ ਇਜ਼ ਅ ਕੌਨਸੀਕੁਐਂਸ ਵਿਚ ਕੈਨ ਟੈਲ ਯੂ ਕਿ ਵੀ ਹਾਂ, ਕੌਨਸੀਕੁਐਂਸਿਸ ਵੀ ਕੋਈ ਚੀਜ਼ ਹੁੰਦੀ ਹੈ। ਜੇ ਆਪਾਂ ਡਰੱਗਸ ਕਰਦੇ ਹਾਂ ਤੇ ਉਹਦੇ ਕੌਨਸੀਕੁਐਂਸਿਸ ਕੀ ਹੈ, ਜੇ ਨਹੀਂ ਕਰਦੇ ਤੇ ਉਹਦੇ ਕੌਨਸੀਕੁਐਂਸ ਕੀ ਹੈ, ਤੇ ਛੱਡਣਾ ਕੀ ਹੁੰਦਾ, ਤੇ ਰੌਣਕ ਤੋਂ ਬਗੈਰ ਰਹਿਣਾ ਕੀ ਹੁੰਦਾ, ਤੇ ਨੋਰਮਲ ਮੂਡ ਚ ਕਿਵੇਂ ਰਹਿਣਾ ਹੁੰਦਾ, ਤੇ ਜੇ ਖਰਾਬ ਮੂਡ ਰਹੇ ਤਾਂ ਵੀ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਅੱਗੇ ਤੋਰਨਾ, ਜ਼ਿੰਮੇਵਾਰੀਆਂ ਕਿਵੇਂ ਚੁੱਕਣੀਆਂ, ਇਹ ਸਾਰੇ ਲੈਸਨ ਹੈਗੇ ਆ ਜਿਹੜੇ ਸਾਡੀ ਜ਼ਿੰਦਗੀ ਚ, ਜਿਹੜੇ ਅਸੀਂ ਘਰ ਚ ਨਹੀਂ ਸਿਖਾ ਪਾਏ, ਕਿਉਂਕਿ ਸਾਡਾ ਪਿਆਰ ਬੜਾ ਹੁੰਦਾ ਨਾ ਆਪਣੇ ਬੱਚੇ ਵਾਸਤੇ। ਦੇਖ ਲਓ ਸਾਡੇ ਇੰਡੀਅਨ ਪੇਰੈਂਟਿੰਗ ਦੇ ਵਿੱਚ ਕੀ ਹੈ, ਸਾਰੀ ਦੀ ਸਾਰੀ ਜ਼ਿੰਮੇਵਾਰੀ ਮਾਂ ਪਿਓ ਚੁੱਕਦੇ ਆ, ਐਂਡ ਬੱਚਿਆਂ ਨੂੰ ਕਹਿੰਦੇ ਤੁਸੀਂ ਬੈਠੇ ਰਹੋ, ਫਿਰ ਜਦੋਂ ਥੋੜਾ ਜਿਹਾ ਬੱਚਾ ਵੱਡਾ ਹੁੰਦਾ ਉਹ ਇੱਕ ਲੇਟੇ ਆ, ਪਹਿਲਾਂ ਆਪ ਲਟਾ ਕੇ ਰੱਖਿਆ ਵਾ, ਫਿਰ ਉਹ ਉਸ ਤੋਂ ਬਾਅਦ ਨਹੀਂ ਆ ਤੇਰਾ ਕੰਮ ਕਰਨ ਵਾਲਾ ਨਹੀਂ ਹੈ, ਮੈਂ ਕਰਕੇ ਆਉਂਦਾ ਸਾਰੇ ਕੰਮ, ਤੇ ਅਸੀਂ ਕਰਕੇ ਦਿੰਦੇ। ਕਿਸੇ ਦਾ ਕੋਈ ਕੁਐਸਚਨ? ਲਾਈਟਾਂ ਨੇ ਜੋ ਸਾਰਾ ਥੋੜਾ ਚੇਂਜ ਕੀਤਾ ਆ, ਉਹਦੇ ਉੱਤੇ ਥੋੜਾ ਚਾਨਣ ਪਾਓ ਨਾ, ਸਾਡੇ ਹਲਾਈਫ ਉੱਤੇ ਕੀ ਫਰਕ ਪਿਆ, ਸਾਡਾ ਸਰਕੇਡਰੀ ਰਿਦਮ ਟੁੱਟ ਗਿਆ, ਸੂਰਜ ਦਾ ਜਿਹੜਾ ਚੱਕਰ ਸੀ ਉਹ ਜੋ ਟੁੱਟ ਗਿਆ, ਉਹਨਾਂ ਲਾਈਫ ਦੇ ਉੱਤੇ ਅਸਰ ਕੀ ਪਿਆ? ਬਸ ਮੈਂ ਇੰਨੀ ਛੋਟੀ ਜਿਹੀ ਗੱਲ, ਕੋਈ ਛੋਟੀ ਜਿਹੀ ਗੱਲ ਨਹੀਂ ਹੈ,
ਤੁਹਾਡੇ ਵਾਸਤੇ ਛੋਟੀ ਹੋਏਗੀ, ਮੇਰੇ ਵਾਸਤੇ ਤੇ ਮਤਲਬ ਬਹੁਤ ਵੱਡੀ ਗੱਲ ਹੈ। ਪਰ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ, ਜਿੰਨੀ ਤੁਹਾਡੀ ਨੌਲੇਜ ਹੈ ਨਾ, ਤੁਸੀਂ ਇਸ ਦਾ ਜਵਾਬ ਬੜੇ ਆਰਾਮ ਨਾਲ ਆਪ ਹੀ ਦੇ ਸਕਦੇ ਹੋ, ਤੁਸੀਂ ਆਪ ਹੀ ਦਿਓ, ਪਤਾ ਤੁਹਾਨੂੰ ਸਾਰਾ ਪਤਾ ਹੈ। ਇੰਨੀ ਇਨ ਡੈਪਥ ਨਹੀਂ ਨਾ ਮੈਨੂੰ ਤੁਹਾਡੀ, ਮੈਨੂੰ ਸਾਰਾ ਪਤਾ ਤੁਹਾਡੀ ਡੈਪਥ ਮੇਰੇ ਤੋਂ ਜ਼ਿਆਦਾ, ਜਵਾਬ ਦੇ ਸਕਦਾ ਮੈਨੂੰ ਪਤਾ। ਦੇਖੋ ਇਹ ਤੁਸੀਂ ਗੱਲ ਛੱਡ ਦੋ, ਮੈਂ ਸਾਈਕੈਟ੍ਰਿਸਟ ਹਾਂ, ਮੈਨੂੰ ਇੰਨਾ ਪਤਾ ਹੈ ਕਿ ਇਹਨਾਂ ਦੇ ਦਿਮਾਗ ਕਿੰਨਾ ਡੈਪਥ ਚ ਜਾਂਦਾ ਹੈ, ਇਹਨਾਂ ਨੂੰ ਸਾਰਾ ਪਤਾ ਹੈ, ਹਰ ਚੀਜ਼ ਪਤਾ ਹੈਗੀ ਹੈ। ਮੈਨੂੰ ਮੇਰੇ ਮੈਨੂੰ ਤਾਂ ਸਰ ਲੱਗਦਾ ਹੈ ਵੀ ਸਾਡੇ ਵਿੱਚ ਐਪੀਜੈਨੇਟਿਕ ਚੇਂਜਸ ਆਈਆਂ, ਇਸ ਕਰਕੇ ਜਿਹੜੇ ਜੈਨੇਟਿਕ ਚੇਂਜਸ ਆਈਆਂ ਇਸ ਵਨ ਆਫ ਦਾ ਰੀਜ਼ਨਸ। Yes, because it's environment actually. Yes, but eh hai na dekho jehda sada time bachya, jehde sade kaam jaldi hon lag pe, jehda 10 ghante da kaam si 1 ghante ch hon lag pya, jehde baki de naam 9 ghante batane ohde vaste sade ko skills nahi hai, assi oh baki de jehde rest of the time jehdi sadi life smart life hoyi, pehla hard life si ki har cheez, pehla kanak kato phir ohnu piyo to karke te phir rotiyan banao te phir kinna time lagda si ga, ਹੁਣ ਉਹ ਮਾਈਕਰੋ ਚੋਂ ਟੀਂਗ ਕਰਦੇ ਆ ਤੇ ਆ ਜਾਂਦਾ, ਜਾਂ ਜ਼ੋਮੈਟੋ ਤੋਂ ਫੋਨ ਕਰਦੇ ਆ ਤੇ ਆ ਜਾਂਦੀ ਚੀਜ਼। ਹੁਣ ਜਿਹੜਾ ਟਾਈਮ ਬਾਕੀ ਦਾ ਬਚ ਗਿਆ ਉਹਨੂੰ ਤੁਸੀਂ ਕਿਸ ਤਰ੍ਹਾਂ ਯੂਟੀਲਾਈਜ਼ ਕਰਨਾ ਸਿੱਖੇ ਨਹੀਂ, ਫਿਰ ਤਾਂ ਓਨਲੀ ਥਿੰਗ ਵੈਟ ਵੀ ਹੈਵ ਇਸ ਕਿ ਵੀ ਹੁਣ ਇਹ ਬੋਰ ਹੋ ਗਿਆ। ਮੈਂ ਤੁਹਾਨੂੰ ਦੱਸਿਆ ਅਸੀਂ ਐਂਗਜ਼ਾਇਟੀ ਦੀ ਕੱਚੀ ਲੱਸੀ ਬਣਾ ਦਿਓ ਤੇ ਬੋਰੀਅਤ ਹੈ, ਠੀਕ ਹੈ, ਤੇ ਇਹਨੂੰ ਗਾੜਾ ਕਰ ਦਿਓ ਤੇ ਗੁੱਸਾ ਹੈ, ਤੇ ਜਾਂ ਅਸੀਂ ਬੋਰ ਹੋ ਰਹੇ ਹਾਂ, ਠੀਕ ਹੈ, ਤੇ ਜਾਂ ਆਪਾਂ ਗੁੱਸੇ 'ਚ ਹਾਂ, ਤੇ ਜਦੋਂ ਅਸੀਂ ਬੋਰ ਹੋ ਰਹੇ ਹਾਂ ਜਾਂ ਅਸੀਂ ਗੁੱਸੇ ਹੋ ਰਹੇ ਹਾਂ ਤੇ ਫਿਰ ਸਾਡੇ ਹੱਥ 'ਚ ਇੱਕ ਟਾਈਮ ਬੰਬ ਪਿਆ ਹੁੰਦਾ, ਉਹ ਟਾਈਮ ਬੰਬ ਜਿਹੜਾ ਉਹ ਹਰ ਵੇਲੇ ਤੁਹਾਡਾ ਮਾਂ ਪਿਓ ਭੈਣ ਭਰਾ ਰੱਬ ਸਭ ਕੁਛ ਉਹੀ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਮੋਬਾਈਲ ਫੋਨ, ਜਿਹਦੇ 'ਚ ਅਸੀਂ ਯੂਟਿਊਬ ਦੀ ਦੁਨੀਆ ਜਾਣਦੀਆਂ ਖਬਰਾਂ ਦੇਖਦੇ ਹਾਂ, ਐਂਡ ਵੀ ਗੋਇੰਗ ਟੂ ਫਿਲੋਸਫੀਜ਼, ਐਂਡ ਵੀ ਗੋਇੰਗ ਟੂ, ਤੁਹਾਨੂੰ ਪਤਾ ਨਿਊਜ਼ ਜਿਹੜੀ ਹੈ ਬਹੁਤ ਵੱਡਾ ਟ੍ਰਿਗਰ ਹੈ ਸਾਡੇ ਮਤਲਬ ਪੇਸ਼ੈਂਟ ਵਾਸਤੇ। ਅਸੀਂ ਆਪਣੇ ਹਰਮੀਟੇਜ ਦੇ ਵਿੱਚ ਨਿਊਜ਼ ਤੇ ਜਿਹੜੀ ਪੇਪਰ ਹੁੰਦਾ ਹੈ ਅਲਾਓ ਨਹੀਂ ਕਰਦੇ, ਬਹੁਤ ਸਾਰੇ ਲੋਕ ਕਹਿੰਦੇ ਡਾਕਟਰ ਸਾਹਿਬ ਦਿਲ ਨਹੀਂ ਲੱਗਦਾ, ਮੈਂ ਕਿਹਾ ਇਹ ਤਾਂ ਸਿਖਾਉਣਾ, ਡਾਕਟਰ ਸਾਹਿਬ ਸ਼ਾਮ ਨੂੰ ਦਿਲ ਨਹੀਂ ਲੱਗਦਾ, ਮੈਂ ਕਿਹਾ ਸ਼ਾਮ ਦਾ ਦਿਲ ਤਾਂ ਸਿਖਾਉਣਾ, ਸ਼ਾਮ ਦਾ ਇੱਥੇ ਸਭ ਤੋਂ ਡੇਂਜਰਸ ਟਾਈਮ ਹੈ। ਹੁਣ ਇਹ ਤੁਸੀਂ ਦੇਖੋ ਕਿ ਜੇ ਲੋਨਲੀਨੈਸ ਹੈ ਇਹਦਾ ਮਤਲਬ ਹੈ ਕਿ ਇੱਕ ਇਨਸਾਨ ਆਪਣੇ ਆਪ ਨਾਲ ਨਹੀਂ ਬੈਠ ਸਕਦਾ, ਇਹਦਾ ਮਤਲਬ ਹੈ ਕਿ ਕਿਉਂਕਿ ਦੁਨੀਆਂ ਨੂੰ ਤੁਹਾਡਾ ਇੰਨਾ ਨਹੀਂ ਪਤਾ ਹੁੰਦਾ, ਦੁਨੀਆਂ ਤੁਹਾਡਾ ਰਿਸਪੈਕਟ ਕਰ ਰਹੀ ਹੁੰਦੀ ਹੈ, ਪਰ ਤੁਹਾਨੂੰ ਆਪਣੀਆਂ ਸਾਰੀਆਂ ਉਹ ਚੀਜ਼ਾਂ ਨਲਾਇਕੀਆਂ ਕਰਤੂਤਾਂ ਪਤਾ ਹੁੰਦੀਆਂ, ਇਸ ਕਰਕੇ ਤੁਹਾਨੂੰ ਆਪਣੇ ਨਾਲ ਟਾਈਮ ਬਿਤਾਉਣਾ ਔਖਾ ਲੱਗਦਾ ਹੈ। ਜਦੋਂ ਆਪਾਂ ਆਪਣੇ ਨਾਲ ਬੈਠਦੇ ਹਾਂ ਸਾਨੂੰ ਬੇਚੈਨੀ ਹੁੰਦੀ ਹੈ, ਫਿਰ ਆਪਾਂ ਭੱਜ ਭੱਜ ਜਾਂਦੇ ਹਾਂ, ਸਾਡੇ ਚਰਚਾ ਵੀ ਆਉਂਦੀ ਹੈ, ਸਾਡੇ ਕ੍ਰੇਵਿੰਗ ਹੁੰਦੀ ਹੈ। ਸੋ ਇਹਦਾ ਤਰੀਕਾ ਕੀ ਹੈ ਕਿ ਜੇ ਅਸੀਂ ਆਪਣੇ ਅੰਦਰੋਂ ਕਰੈਕਟਰ ਡਿਫੈਕਟ ਇੱਕ ਇੱਕ ਕਰਕੇ ਠੀਕ ਕਰਨਾ ਸ਼ੁਰੂ ਕਰ ਦਈਏ, ਤਾਂ ਕਿ ਸਾਨੂੰ ਆਪਣੇ ਆਪ ਨਾਲ ਬਹਿਣਾ ਸੌਖਾ ਹੋ ਜਾਏ, ਅਸੀਂ ਆਪਣੀ ਰਿਸਪੈਕਟ ਜੈਨੂਅਨ ਰਿਸਪੈਕਟ ਕਰ ਦਈਏ। ਲੋਕ ਤੁਹਾਡੀ ਰਿਸਪੈਕਟ ਤੁਹਾਡੇ ਕਰੈਕਟਰ ਡਿਫੈਕਟ ਦੇ ਹੁੰਦਿਆਂ ਵੀ ਕਰ ਸਕਦੇ ਆ, ਲੋਕਾਂ ਨੂੰ ਤੁਹਾਡੇ ਕਰੈਕਟਰ ਡਿਫੈਕਟਸ ਨਹੀਂ ਪਤਾ ਹੁੰਦੇ, ਜੇ ਉਹਨਾਂ ਨੂੰ ਪਤਾ ਵੀ ਹੁੰਦੇ ਹੈ ਨਾ, ਤੇ ਜੇ ਤੁਸੀਂ ਉਹਨਾਂ ਨਾਲ ਬੜਾ ਨਾਈਸਲੀ ਬਿਹੇਵ ਕਰੋ, ਲੋਕ ਤੁਹਾਡੀ ਰਿਸਪੈਕਟ ਫਿਰ ਵੀ ਕਰ ਦਿੰਦੇ ਆ, ਉਹ ਇਗਨੋਰ ਕਰ ਦਿੰਦੇ ਕਰੈਕਟਰ ਡਿਫੈਕਟ, ਹੋਏਗਾ ਕਰੈਕਟਰ ਡਿਫੈਕਟ ਹੋਏਗਾ, ਬਟ ਇਹ ਮੇਰੇ ਨਾਲ ਬਹੁਤ ਅੱਛਾ ਹੈ, ਲੋਕ ਤੁਹਾਡੀ ਰਿਸਪੈਕਟ ਤਾਂ ਵੀ ਕਰ ਦਿੰਦੇ ਹੈ, ਉਹ ਤੁਹਾਡੇ ਕਰੈਕਟਰ ਡਿਫੈਕਟਸ ਨੂੰ ਇਗਨੋਰ ਕਰ ਦਿੰਦੇ। ਸਾਨੂੰ ਪਤਾ ਹੁੰਦਾ ਕਿ ਇਸ ਬੰਦਾ ਹੇਰਾ ਫੇਰੀ ਵਾਲਾ ਹੈ, ਬੰਦਾ ਗਲਤ ਹੈ, ਬੰਦਾ ਠੀਕ ਨਹੀਂ ਹੈ, ਅਸੀਂ ਫਿਰ ਵੀ ਉਹ ਨਜ਼ਰ ਅੰਦਾਜ਼ ਕਰ ਦਿੰਦੇ ਕਿਉਂਕਿ ਮੇਰੇ ਨਾਲ ਉਹ ਬੜਾ ਹੰਬਲ ਤੇ ਨਾਈਸ ਹੈ। ਪਰ ਜਿਹੜਾ ਇੱਕ ਇਨਸਾਨ ਹੈ ਨਾ, ਜਦੋਂ ਆਪਣੇ ਆਪ ਨਾਲ ਬੈਠਦਾ ਹੈ ਨਾ, ਉਦੋਂ ਉਹਨੂੰ ਕੋਈ ਮੈਰਿਟ ਨਹੀਂ ਮਿਲਦੀ, ਉਹਨੂੰ ਕੋਈ ਵੀ ਕਨਸੈਸ਼ਨ ਨਹੀਂ ਮਿਲਦੀ, ਉਹਨੂੰ ਪਤਾ ਲੱਗ ਜਾਂਦਾ ਕਿ ਮੇਰੇ ਅੰਦਰ ਇਹ ਕਰੈਕਟਰ ਡਿਫੈਕਟਸ ਹੈਗੇ ਆ, ਮੈਂ ਦੁਨੀਆਂ ਵਾਸਤੇ ਕਿਸ ਤਰ੍ਹਾਂ ਸੋਚਦਾ, ਮੈਂ ਲੋਕਾਂ ਨੂੰ ਮੁਕਾਬਲੇਬਾਜ਼ੀ 'ਚ ਲਿਆਉਂਦਾ, ਮੈਂ ਲੋਕਾਂ ਨੂੰ ਹਰਾਉਂਦਾ, ਮੈਂ ਲੋਕਾਂ ਨੂੰ ਤਿਰਕ ਕਰਦਾ, ਮੈਂ ਦੇਖਦਾ ਵੀ ਮੇਰੇ ਤੋਂ ਮਤਲਬ
ਮੇਰੇ ਅੰਦਰ ਹੀ ਕਰੈਕਟਰ ਡਿਫੈਕਟ ਹੈ ਕਿ ਮੈਂ ਆਪਣੇ ਆਪ ਨੂੰ ਵੱਡਾ ਵੱਡਾ ਟੌਪ 'ਤੇ ਖੜਨਾ ਚਾਹੁੰਦਾ। ਸੋ ਇਹ ਸਾਰੇ ਕਰੈਕਟਰ ਡਿਫੈਕਟ ਹੈਗੇ ਆ।